ਹੈ ਤੂੰ ਬਲੈਕੀਆ। ਜਦੋਂ ਅਸੀਂ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਸਾਰੇ ਕਹਿੰਦੇ ਸੀ ਇਹ KGF ਹੈ, KGF ਦੀ ਕਾਪੀ ਹੈ ਜਾਂ ਪੰਜਾਬੀ ਦੀ KGF ਹੈ। ਜ਼ਿਆਦਾਤਰ ਕਮੈਂਟ ਜਦੋਂ ਤੁਸੀਂ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪਏ ਨੇ। ਜਦੋਂ ਅਸੀਂ ਕੋਈ ਫਿਲਮ ਲੈ ਕੇ ਆਉਂਦੇ ਹਾਂ ਤਾਂ ਸਾਰੇ ਸਾਡੇ ਤੋਂ ਪੁੱਛਦੇ ਨੇ ਕਿ ਸਾਊਥ ਦਾ ਸਿਨੇਮਾ ਯਾਰ ਬਹੁਤ ਵੱਡਾ ਹੋ ਗਿਆ, ਤੁਸੀਂ ਉੱਦਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ, ਜਿੱਥੇ ਪੈਸੇ ਤਾਂ ਬਹੁਤ ਲੱਗੇ। ਉਰੀ ਸਾਹਿਬ ਕਹਿੰਦੇ ਸੀ ਕੀ ਲੋੜ ਹੈ ਇਹਦੀ ਦੱਸੋ, ਪਰ ਉਰੀ ਸਾਹਿਬ ਰਿਜ਼ਲਟ ਦੇਖਦਾ ਹੁਣ। ਐਕਸ਼ਨ ਉਦੋਂ ਕੰਮ ਕਰਦਾ ਜਦੋਂ ਉਹ 'ਚ ਇਮੋਸ਼ਨਸ ਹੁੰਦੇ ਨੇ, ਜਦੋਂ ਫਿਲਮ ਤੁਹਾਨੂੰ ਰਵਾ ਦਿੰਦੀ ਹੈ ਫਿਰ ਉਹਦੇ ਉੱਤੇ ਐਕਸ਼ਨ ਕੰਮ ਕਰਦਾ। ਸੋ ਜੇ ਆਪਾਂ ਐਵੇਂ ਬੰਦੇ ਕੁੱਟੀ ਜਾਈਏ ਮਾਰੀ ਜਾਈਏ ਤਾਂ ਮੈਨੂੰ ਲੱਗਦਾ ਉਹਦਾ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲੋਪ ਹੋਈਆਂ ਨੇ। ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ, ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ? ਔਰ ਦੂਜੀ ਗੱਲ, ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ KGF ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉੱਦਾਂ ਲੱਗਦਾ, ਤਾਂ ਇਹ ਪ੍ਰਾਊਡ ਵਾਲੀ ਗੱਲ ਹੈ। ਅਸੀਂ KGF ਪਤਾ ਨਹੀਂ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ, ਅਸੀਂ ਥੋੜ੍ਹੇ ਜਿਹੇ ਪੈਸੇ ਜੇ ਉਹਨਾਂ ਨੂੰ ਕੰਪੀਟ ਕਰ ਰਹੇ ਹਾਂ, ਜੇ ਉੱਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ 'ਚ ਆ ਰਹੀ ਹੈ, ਤਾਂ ਮੇਰੇ ਹਿਸਾਬ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਨਾ। ਪੈਸਾ ਲਾਉਣ ਵੇਲੇ ਨਾ ਹੈ ਨਾ ਬਹੁਤ ਟੈਨਸ਼ਨ ਹੁੰਦੀ ਹੈ ਕਿ ਕਿਹੜਾ ਰਾਈਟ ਪ੍ਰੋਜੈਕਟ ਹੈ। ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਲੋਕ ਪ੍ਰੋਡਿਊਸਰ ਦੀ ਹੁੰਦੀ ਹੈ, ਕਿਉਂਕਿ ਸਭ ਤੋਂ ਰਿਸਕ ਜ਼ਿਆਦਾ ਪ੍ਰੋਡਿਊਸਰ ਦਾ ਹੁੰਦਾ। ਪੈਸਾ ਹੈ ਹੀ ਬਹੁਤ ਹੈ, ਪਤਾ ਨਹੀਂ ਕਿੱਥੇ ਕਿੱਥੇ ਲਾਉਣੀ ਹੈ। ਬਈ ਅਰਗਨ ਨੇ ਚੁਣ ਚੁਣ ਕੇ ਐਕਟਰ ਚੱਕੇ ਹੋਏ ਸੀ, ਅਤੇ ਜਦੋਂ ਸਾਹਮਣੇ ਦੇਵ ਬਾਈ, ਸੈਮੂਲ ਭਾਅ ਜੀ, ਪਰਮਵੀਰ, ਲੱਕੀ ਸਾਰੇ ਐਡੇ ਐਡੇ ਐਕਟਰ ਹੋਣ ਤਾਂ ਥੋੜ੍ਹੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੁਹਾਡੀ, ਕਿ ਤੁਸੀਂ ਵੀ ਉਹਨਾਂ ਨਾਲ ਮੈਚ ਕਰੋ ਕੰਮ ਦੇ ਵਿੱਚ। ਤਾਂ ਪਰ ਬਾਈ ਅਰਗਨ ਦੀ ਬਹੁਤ ਸਪੋਰਟ ਸੀਗੀ, ਬਹੁਤ ਮਤਲਬ ਗੱਲ ਕਰਦੇ ਸੀ, ਕਿਉਂਕਿ ਫਿਲਮ ਇਹਨਾਂ ਦੀ ਆਪ ਦੀ ਕਹਾਣੀ ਲਿਖੀ ਹੋਈ ਸੀ, ਤਾਂ ਇੰਨਾ ਔਖਾ ਨਹੀਂ ਸੀਗਾ ਕੰਮ ਕਰਨਾ, ਪਰ ਫਿਰ ਵੀ ਆਪਦੀ ਗੱਟ ਫੀਲਿੰਗ ਨਾਲ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ, ਤੁਸੀਂ ਆਏ ਇੱਥੇ ਸਾਡੇ ਛੋਟੇ ਜਿਹੇ ਸੱਦੇ 'ਤੇ, ਅਤੇ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਬਿੰਨੂ ਬਾਈ ਦਾ ਥੈਂਕਸ, ਜਿਹੜੇ ਆਲਵੇਜ਼ ਸਪੋਰਟ ਕਰਦੇ ਆ ਔਰ ਮੇਰੇ ਇੱਕ ਵਾਰ ਕਹਿਣ 'ਤੇ ਇੱਥੇ ਆਏ ਨੇ। ਅਤੇ ਕਿਵੇਂ ਲੱਗਿਆ ਬਾਈ ਟ੍ਰੇਲਰ ਤੁਹਾਨੂੰ? ਬੜਾ ਕੈਂਟ ਹੈ ਨਾ, ਥੈਂਕ ਯੂ। ਔਰ ਇਹਦੇ ਪਿੱਛੇ ਦੀ ਇੱਕ ਕਹਾਣੀ ਹੈ ਜੀ, ਕਿ ਅਸੀਂ ਇਸ ਫਿਲਮ ਨੂੰ ਬਣਾਉਣ ਲਈ ਜਦੋਂ ਉਰੀ ਸਾਹਿਬ ਮੇਰੇ ਕੋਲ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਬਲੈਕੀਆ 2 ਦੀ ਇੱਕ ਕਹਾਣੀ ਹੈ ਮੇਰੇ ਕੋਲ, ਤਾਂ ਪਲੀਜ਼ ਤੁਸੀਂ ਸੁਣ ਲਓ। ਜਦੋਂ ਮੈਂ ਇਹਨਾਂ ਨੂੰ ਕਹਾਣੀ ਸੁਣਾਈ ਤਾਂ ਇਹਨਾਂ ਨੇ ਉਸੇ ਟਾਈਮ ਹਾਮੀ ਭਰਤੀ ਕਿ ਭਾਅ ਜੀ ਇਹ ਫਿਲਮ ਆਪਾਂ ਜਲਦੀ ਕਰਦੇ ਹਾਂ। ਇਹ ਕਹਾਣੀ ਮੈਨੂੰ ਮਿਲੀ ਸੀ ਜਦੋਂ ਮੈਂ DSP ਦੇਵ ਕਰਦਾ ਸੀਗਾ ਉੱਧਰ ਫਿਰੋਜ਼ਪੁਰ ਇਲਾਕੇ ਦੇ ਵਿੱਚ। ਇਹ ਉਹਨਾਂ ਲੋਕਾਂ ਦੀ ਤਰਾਸਦੀ ਹੈ ਜਿਹੜੇ ਕਿ ਪਾਕਿਸਤਾਨ ਦੇ ਸਰਦਾਰ ਹੁੰਦੇ ਸੀ, ਵੱਡੇ ਜ਼ਿਮੀਂਦਾਰ ਹੁੰਦੇ ਸੀ, ਬਟ ਇੱਧਰ ਆ ਕੇ ਬਲੈਕੀਏ ਬਣ ਗਏ। ਜ਼ਮੀਰਾਂ ਵਾਲੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਜਿਉਂਦੀਆਂ ਰੱਖੀਆਂ, ਪਰ ਪਾਪੀ ਪੇਟ ਨੂੰ ਭਰਨ ਲਈ ਉਹਨਾਂ ਨੇ ਇਹ ਰਾਹ ਚੁਣਿਆ। ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿਉਂਕਿ ਸਿਸਟਮ ਸਪੋਰਟ ਨਹੀਂ ਸੀ ਕਰਦਾ। ਸੋ ਉਹਨਾਂ ਲੋਕਾਂ ਦੀ ਕਹਾਣੀ ਹੈ, ਅਤੇ ਇਹਦੇ ਉੱਤੇ ਅਸੀਂ ਘੱਟੋ ਘੱਟ 1.5 ਸਾਲ ਅਸੀਂ ਸਟੋਰੀ ਦੇ ਉੱਤੇ ਲਾਇਆ, ਕਿਉਂਕਿ ਬਹੁਤ ਟਾਈਮ ਹੋ ਗਿਆ ਸਾਨੂੰ ਰਿਸਰਚ ਕਰਦੇ। ਅਸੀਂ ਅੰਮ੍ਰਿਤਸਰ ਦੇ ਜਿੰਨੇ ਲੋਕ ਬਾਰਡਰ ਪਾਰ ਤੋਂ ਪੁਰਾਣੇ ਬਲੈਕ ਕਰਦੇ ਸੀ ਉਹਨਾਂ ਲੋਕਾਂ ਨੂੰ ਮਿਲੇ, ਉਹਨਾਂ ਦੀਆਂ ਕਹਾਣੀਆਂ ਲੈ ਕੇ ਆਏ ਫਿਲਮ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਦਰਦ ਦੀ ਗੱਲ ਕਰਦੀ ਹੈ। ਜਦੋਂ ਅਸੀਂ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਸਾਰੇ ਕਹਿੰਦੇ ਸੀ ਇਹ KGF ਹੈ, KGF ਦੀ ਕਾਪੀ ਹੈ ਜਾਂ ਪੰਜਾਬੀ ਦੀ KGF ਹੈ। ਜ਼ਿਆਦਾਤਰ ਕਮੈਂਟ ਜਦੋਂ ਤੁਸੀਂ ਪੜ੍ਹੋਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹੀ ਪਏ ਨੇ, ਬਟ ਅਸੀਂ ਲੁੱਕ ਉੱਦਾਂ ਦੀ ਰੱਖੀ ਕਿਉਂਕਿ ਅੱਜ ਜਦੋਂ ਅਸੀਂ ਕੋਈ ਫਿਲਮ ਲੈ ਕੇ ਆਉਂਦੇ ਹਾਂ ਤਾਂ ਸਾਰੇ ਸਾਡੇ ਤੋਂ ਪੁੱਛਦੇ ਨੇ ਕਿ ਸਾਊਥ ਦਾ ਸਿਨੇਮਾ ਯਾਰ ਬਹੁਤ ਵੱਡਾ ਹੋ ਗਿਆ, ਤੁਸੀਂ ਉੱਦਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ? ਅਸੀਂ ਟੈਕਨੀਸ਼ੀਅਨ ਹਾਇਰ ਕੀਤੇ ਉੱਥੋਂ, ਸਾਰੇ ਜਿੰਨੇ ਵੀ ਟੋਪ ਤੋਂ ਟੋਪ ਸੀਗੇ। ਔਰ ਜਿਹੜਾ ਤੁਸੀਂ ਐਕਸ਼ਨ ਦੇਖ ਰਹੇ ਹੋ, ਅਸੀਂ ਇੱਕ ਟੀਮ ਲੈ ਕੇ ਆਏ ਚੇਨਈ ਤੋਂ ਹਾਇਰ ਕੀਤੀ ਉਰੀ ਸਾਹਿਬ ਨੇ, ਜਿਹਦੇ ਪੈਸੇ ਤਾਂ ਬਹੁਤ ਲੱਗੇ। ਉਰੀ ਸਾਹਿਬ ਕਹਿੰਦੇ ਸੀ ਕੀ ਲੋੜ ਹੈ ਇਹਦੀ ਦੱਸੋ, ਪਰ ਉਰੀ ਸਾਹਿਬ ਰਿਜ਼ਲਟ ਦੇਖਦਾ ਹੁਣ। ਸੋ ਫਾਇਰ ਬਾਲ ਵਾਲਾ ਜਿਹੜਾ ਐਕਸ਼ਨ ਸੀਗਾ ਉਹਨੂੰ ਕਰਨ ਦੇ ਲਈ ਇੱਕ ਟੀਮ ਆਈ ਬਕਾਇਦਾ। ਔਰ ਥੈਂਕਸ ਉਰੀ ਸਾਹਿਬ, ਤੁਸੀਂ ਸਪੋਰਟ ਕੀਤਾ, ਬਾਂਸਲ ਸਾਹਿਬ ਹੈ ਨਾ, ਜਿੰਨੇ ਪ੍ਰੋਡਿਊਸਰ ਬੈਠੇ ਨੇ, ਕਿਉਂਕਿ ਜਦੋਂ ਤੱਕ ਪ੍ਰੋਡਿਊਸਰ ਜੇਬ 'ਚੋਂ ਪੈਸੇ ਨਹੀਂ ਕੱਢਦੇ ਤਾਂ ਇਹੋ ਜਿਹਾ ਸਿਨੇਮਾ ਨਹੀਂ ਬਣ ਸਕਦਾ। ਅਸੀਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ, ਜਿੰਨਾ ਮਰਜ਼ੀ ਸੋਚੀ ਜਾਈਏ, ਸੋ ਪ੍ਰੋਡਿਊਸਰਾਂ ਦੀ ਸਪੋਰਟ ਆਲਵੇਜ਼ ਚਾਹੀਦੀ ਹੈ। ਔਰ ਅਸੀਂ ਇੱਕ ਮੈਸੇਜ ਕਨਵੇ ਕਰਨ ਵਾਲਾ ਸਿਨੇਮਾ ਬਹੁਤ ਵਧੀਆ, ਇਹਦੇ ਵਿੱਚ ਇੱਕ ਸੁਨੇਹਾ, ਫਿਲਮ ਦੇ ਵਿੱਚ ਇੰਟਰਟੇਨਿੰਗ ਫਿਲਮ ਹੈ। ਔਰ ਜਦੋਂ ਤੱਕ ਮੈਨੂੰ ਲੱਗਦਾ ਹੁੰਦਾ ਕਿ ਐਕਸ਼ਨ ਉਦੋਂ ਕੰਮ ਕਰਦਾ ਜਦੋਂ ਉਹ 'ਚ ਇਮੋਸ਼ਨਸ ਹੁੰਦੇ ਨੇ,
ਜਦੋਂ ਫਿਲਮ ਤੁਹਾਨੂੰ ਰਵਾ ਦਿੰਦੀ ਹੈ ਫਿਰ ਉਹਦੇ ਉੱਤੇ ਐਕਸ਼ਨ ਕੰਮ ਕਰਦਾ। ਸੋ ਜੇ ਆਪਾਂ ਐਵੇਂ ਬੰਦੇ ਕੁੱਟੀ ਜਾਈਏ ਮਾਰੀ ਜਾਈਏ ਤਾਂ ਮੈਨੂੰ ਲੱਗਦਾ ਉਹ ਤਾਂ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਫਲੋਪ ਹੋਈਆਂ ਨੇ ਵੱਡੇ ਬਜਟ ਵਾਲੀਆਂ ਵੀ। ਸੋ ਅਸੀਂ ਇੱਕ ਚੰਗੀ ਕਹਾਣੀ ਲੈ ਕੇ ਆਏ ਹਾਂ, ਚੰਗੀ ਫਿਲਮ ਲੈ ਕੇ ਆਏ ਹਾਂ, ਔਰ ਤੁਸੀਂ ਜ਼ਰੀਆ ਹੋ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਕੰਮ ਨੂੰ ਜੋ ਅਸੀਂ ਮਿਹਨਤ ਕੀਤੀ ਆ। ਸੋ ਮੇਰੀ ਸਾਰੀ ਟੀਮ ਇੱਥੇ ਬੈਠੀ ਆ, ਪਰਮਵੀਰ ਬਾਈ ਬਹੁਤ ਸੋਹਣਾ ਕੰਮ ਕੀਤਾ, ਔਰ ਸੈਮੋਲ ਬਾਈ, ਰਾਜ ਝਿੰਜਰ ਬਾਈ, ਲੱਕੀ ਧਾਲੀ ਵਾਲਾ, ਰੁਸ਼ੀ ਸ਼ਰਮਾ ਜੀ, ਜਪਜੀ ਖਹਿਰਾ, ਸਾਰੀ ਟੀਮ 'ਚ ਕਮਾਲ ਦੇ ਐਕਟਰ ਨੇ, ਬਾ ਕਮਾਲ ਇਹਨਾਂ ਦੀਆਂ ਪਰਫੋਰਮੈਂਸਿਸ ਤੁਹਾਨੂੰ ਦਿਖਣੀਆਂ ਨੇ ਫਿਲਮ 'ਚ। ਔਰ ਮੈਂ ਸਪੈਸ਼ਲੀ ਸੈਮੋਲ ਬਾਈ ਲਈ ਕਹਿਣਾ ਚਾਹੂੰਗਾ ਕਿ ਸੈਮੋਲ ਬਾਈ ਥੀਏਟਰ ਦੇ ਦਿੱਗਜ ਕਲਾਕਾਰ ਨੇ, ਔਰ ਮੈਂ ਇਹਨਾਂ ਦੇ ਅੰਦਰ ਕਾਫੀ ਥੀਏਟਰ ਕੀਤਾ, ਇਹਨਾਂ ਦੇ ਅੰਡਰ ਮੈਂ ਕਾਫੀ ਪਲੇਜ਼ ਕੀਤੇ ਨੇ, ਅਤੇ ਇਹਨਾਂ ਦਾ ਜਿਹੜਾ ਕਿਰਦਾਰ ਆ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਔਰ ਇੱਕ ਥੀਏਟਰ ਦਾ ਕਲਾਕਾਰ ਕੀ ਹੁੰਦਾ, ਆਪਣੀ ਪਾਵਰ ਦਾ ਕਿਵੇਂ ਲੋਹਾ ਮਨਵਾ ਸਕਦਾ, ਤਾਂ ਉਹ ਤੁਹਾਨੂੰ ਬਲੈਕੀਆ ਦੇ ਵਿੱਚ ਦੇਖਣ ਨੂੰ ਮਿਲਣਾ। ਔਰ ਪਰਮਵੀਰ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ, ਰਾਜ ਝਿੰਜਰ ਬਾਈ ਨੇ, ਲੱਕੀ ਨੇ, ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਬਹੁਤ ਕੰਮ ਕੀਤਾ, ਔਰ ਸਾਡੇ ਡਾਇਰੈਕਟਰ ਨਵਨੀਤ ਗੁਗਨੂ ਭਾਅ ਜੀ ਜਿਨ੍ਹਾਂ ਨੇ ਆਪਣੀ ਜੀ ਜਾਨ ਲਾਈ, ਜੇ ਤੁਸੀਂ ਪਿੱਛੇ ਮਿਊਜ਼ਿਕ ਵੱਜਦਾ ਦੇਖ ਰਹੇ ਹੋ ਜਾਂ ਹੋਰ ਤੁਸੀਂ ਸਿਨੇਮੈਟੋਗ੍ਰਾਫੀ ਦੇ ਵਿੱਚ ਆਪਣੇ ਬ੍ਰਦਰ ਨੂੰ ਲੈ ਕੇ ਆਏ ਜਤਿਨ ਨੂੰ, ਜਿਨ੍ਹਾਂ ਨੇ ਕਿ ਰੋਏ ਵਰਗੀਆਂ, ਖੁਦਾ ਹਾਫਿਜ਼ 1, ਖੁਦਾ ਹਾਫਿਜ਼ 2 ਵਰਗੀਆਂ ਫਿਲਮਾਂ ਕੀਤੀਆਂ ਨੇ, ਸੋ ਉਹਨਾਂ ਨੂੰ ਲੈ ਕੇ ਆਏ ਅਤੇ ਪੂਰੀ ਉਹਨਾਂ ਨੇ ਜਾਨ ਲਾਈ ਸਾਡੀ ਸਾਰੀ ਟੀਮ ਨੇ। ਸੋ ਹੁਣ ਵਾਰੀ ਹੈ ਜੀ ਤੁਹਾਡੀ, ਤੁਸੀਂ ਸਾਡੇ ਕੰਮ ਨੂੰ ਲੋਕਾਂ ਤੱਕ ਪਹੁੰਚਾਓ, ਬਸ ਇਹੀ ਉਮੀਦ ਹੈ ਤੁਹਾਡੇ ਸਾਰਿਆਂ ਤੋਂ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਬਿਨੂ ਬਾਈ, ਮੈਂ ਕਹੂੰਗਾ ਵੀ ਤੁਸੀਂ ਦੋਨਾਂ ਨੇ ਇਕੱਠੇ ਸ਼ੁਰੂਆਤ ਹੈ ਨਾ, ਇਕੱਠੇ ਬਹੁਤ ਚੀਜ਼ਾਂ ਦੇਖੀਆਂ। ਕਪਿਲ ਬਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ 'ਚ ਸਫ਼ਰ ਆਉਂਦਾ ਜਿਨ੍ਹਾਂ ਨਾਲ ਸਾਈਕਲ 'ਤੇ ਟਾਈਮ ਕੱਟਿਆ ਹੋਵੇ। ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ, ਅਤੇ ਹੁਣ ਦੋਨਾਂ 'ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੁਣ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤਾਂ ਹਮੇ ਮੇਰਾ ਛੋਟਾ ਭਰਾ ਹੈ ਜੀ, ਅਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਹੋ, ਆਨੰਦ ਆਉਂਦਾ ਤਾਂ ਹੀ ਇਕੱਠੇ ਬੈਠੇ ਨੇ ਜੀ। ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨਾ ਅਸੀਂ ਕਹਿੰਦੇ ਹਾਂ ਇੰਡਸਟਰੀ ਇਕੱਠੀ ਹੈ ਸਾਰੇ ਜਾਣੇ, ਪਰ ਈਗੋ ਪ੍ਰੋਬਲਮਸ ਬਹੁਤ ਨੇ ਹਰੇਕ ਨੂੰ, ਹੈ ਨਾ। ਜਾਣ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ, ਪਹਿਲਾਂ ਐਂ ਲੱਗਦਾ ਵੀ ਇਹੋ ਜਿਹਾ ਦੁੱਧ ਉੱਤੇ ਕੋਈ ਹੋਣੇ ਨਹੀਂ, ਸਾਰੇ ਘਿਓ ਖਿਚੜੀ ਹੋਏ ਹੁੰਦੇ। ਜਿਹੜਾ ਉੱਠ ਕੇ ਜਾਂਦਾ ਬਸ ਉਦੋਂ ਬਾਅਦ ਪੜੋਸ ਦਿੰਦੇ ਆ ਸਮਾਰ ਕੇ, ਹੈ ਨਾ। ਸੋ ਇਹ ਨੇਚਰ ਹੈ, ਪਰ ਮੇਰਾ ਵੀਰ ਮੈਨੂੰ ਪ੍ਰਾਊਡ ਹੈ ਮੇਰੇ ਭਰਾ 'ਤੇ, ਇਸ ਇੰਡਸਟਰੀ 'ਚ ਜਿਹੜੀ 'ਚ ਇਹ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ, ਇਜ਼ ਦਾ ਓਨਲੀ ਵਨ, ਹੈ ਨਾ। ਇਹ ਇਕੱਲੇ ਹੀ ਇਹਨੇ ਇਕੱਲੀ ਆਪਦੀ ਜਿਹੜੀ ਲੀ ਹੈ ਆਪ ਖਿੱਚੀ ਹੈ, ਕਿਸੇ ਦੀ ਬਾਂਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉੱਦਾਂ ਕਰਕੇ ਮੈਂ ਲਾਈਨ ਬਣਾ ਲਾਂ। ਲਾਈਨਾਂ 'ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਹਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ, ਹੈ ਨਾ। ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ, ਮੈਨੂੰ ਲੱਗਦਾ ਜਦੋਂ ਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ, ਕੋਈ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ। ਸੋ ਹੀ ਇਜ਼ ਦਾ ਓਨਲੀ ਵਨ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ, ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਦੀ ਇਮੇਜ ਇੱਦਾਂ ਦੀ ਬਣਾਵਾਂ, ਔਰ ਸਫਲ ਹੋਇਆ ਮੇਰਾ ਭਰਾ। ਅਤੇ ਬਹੁਤ ਬਹੁਤ ਮੁਬਾਰਕਾਂ, ਮੈਨੂੰ ਟੇਲਰ ਬਹੁਤ ਵਧੀਆ ਲੱਗਿਆ, ਇੰਟਾਇਰ ਟੀਮ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਇੱਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਦੂਜੀ ਗੱਲ, ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ KGF ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉੱਦਾਂ ਲੱਗਦਾ, ਤਾਂ ਇਹ ਪ੍ਰਾਊਡ ਵਾਲੀ ਗੱਲ ਹੈ। ਅਸੀਂ KGF ਪਤਾ ਨਹੀਂ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ, ਅਸੀਂ ਥੋੜ੍ਹੇ ਜਿਹੇ ਪੈਸਿਆਂ 'ਚ ਉਹਨਾਂ ਨੂੰ ਕੰਪੀਟ ਕਰ ਰਹੇ ਹਾਂ। ਜੇ ਉੱਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ 'ਚ ਆ ਰਹੀ ਹੈ ਤਾਂ ਮੇਰੇ ਹਿਸਾਬ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਨਾ। ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਕਰਨੇ ਪੈਣੇ ਆ, ਥੋੜ੍ਹੇ ਜਿਹੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ। ਸੋ ਆਪਾਂ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇੱਦਾਂ ਦੀ ਮੂਵੀ ਆਉਂਦੀ ਹੈ, ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ, ਉਹ 'ਚ ਨੁਕਸ ਨਾ ਕੱਢਿਆ ਕਰੀਏ, ਹੈ ਨਾ। ਨੁਕਸ ਕੱਢਣੇ ਬੜੇ ਸੌਖੇ ਆ, ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਯਾਰ ਕੋਈ ਘਸੋਨਾ ਤਾਂ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਨੂੰ, ਜਿਹਦੇ ਪੈਂਦਾ ਤਾਂ ਉਹਦੇ 'ਚ ਕੀ ਕਹਾਂਗੇ, ਤਾਂ ਮੇਜ ਖਾਂਦਾ, ਕਹਿੰਦੇ ਘਸੋਨੇ ਮੇਜ ਖਾਂਦਾ ਫਲਾਣੀ ਮੂਵੀ ਨਾਲ। ਸੋ ਇਹ ਨਹੀਂ ਕਰਨਾ ਆਪਾਂ ਗੁੱਡ ਸਿਨੇਮਾ ਕਹਿਣ ਵਾਸਤੇ,
ਆਪਣੇ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ, ਜਿਗਰਾ ਰੱਖੀਏ, ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ, ਜੇ ਘਰੋਂ ਥਾਪੀ ਮਿਲੂਗੀ ਨਾ ਬੱਚਾ ਜ਼ਿਆਦਾ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲ। ਸੋ ਇਹ ਥਾਪੀ ਵਾਸਤੇ ਆਪਾਂ ਇਕੱਠੇ ਹੁੰਦੇ ਹਾਂ ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਹੋ ਨਹੀਂ ਸਕਦੀ। ਸਾਰੇ ਜਾਣੇ ਪੋਜ਼ਿਟਿਵਿਟੀ ਰੱਖਿਆ ਕਰੀਏ ਅਤੇ ਇੰਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਵੀਰ ਵੀਰੇ ਕਮਾਲ ਦਾ, ਕਮਾਲ ਦੀ ਲੁੱਕ ਯਾਰ, ਬਹੁਤ ਸੋਹਣਾ, ਬਹੁਤ ਹੀ ਕਮਾਲ ਕੀਤੀ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ। ਔਰ ਵੱਡੀ ਗੱਲ ਜਿਹੜੇ ਇਹ 'ਚ ਮੈਂ ਟ੍ਰੇਲਰ ਦੇਖਿਆ ਪਿਆ ਸੀ, ਪਹਿਲਾਂ ਵੀ ਦੇਖਿਆ, ਖੈਰ ਹਰ ਰੋਜ਼ ਡਿਸਕਸ ਕਰਦੇ ਹਾਂ, ਚਾਹੇ ਦੇਵ ਆ ਉਹ ਜਾਂ ਸਾਰੇ ਜਾਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ, ਕੋਈ ਵੀ ਮੈਨੂੰ ਉਹ ਆਪਦੀ ਦਿੱਖ ਤੋਂ ਨਹੀਂ ਲੱਗਿਆ। ਜੇ ਪਰਮਵੀਰ ਹੈ ਤਾਂ ਪਰਮਵੀਰ ਨਹੀਂ ਲੱਗਿਆ, ਉਹ ਇੱਕ ਕਰੈਕਟਰ ਲੱਗਿਆ ਹੈ ਨਾ, ਸਾਰਿਆਂ ਨੇ ਕਰੈਕਟਰ ਕੀਤੇ ਹੈ, ਉਹ ਕਮਾਲ ਦੀ ਦਿੱਖ ਆ ਰਹੀ ਹੈ। ਉਸੇ ਕਰਕੇ ਮੂਵੀ ਬਹੁਤ ਜ਼ਿਆਦਾ ਵਧੀਆ ਲੱਗੇ, ਆਈ ਐਮ ਐਕਸਾਈਟਡ, ਲਾਈਕ ਮੈਨੂੰ ਐਂ ਲੱਗਦਾ ਵੀ ਬਹੁਤ ਵੱਡੀ ਗਰੋਸ ਹੋਣੀ ਚਾਹੀਦੀ ਹੈ, ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ। ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨ ਹੀ ਆਪਾਂ ਜੇ ਇੱਦਾਂ ਦਾ ਸਿਨੇਮੇ ਨੂੰ ਬਦਲਣਾ ਚਾਹੁੰਦੇ ਹਾਂ, ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਵੱਡੀ ਥਾਂ ਮੇਲੇ ਦੇਖਣਾ ਚਾਹੁੰਦੇ ਹਾਂ ਆਪਣੀ ਜ਼ੁਬਾਨ ਨੂੰ ਹੈ ਨਾ, ਸਾਡੇ ਇਸ ਸਿਨੇਮੇ ਨੂੰ, ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੁੰਗਾਰਾ ਦੇਣਾ ਚਾਹੀਦਾ। ਸਾਰੇ ਜਾਣੇ ਜ਼ਰੂਰ ਜਾ ਕੇ ਦੇਖ ਕੇ ਆਓ। ਔਰ ਗੱਲ ਮੈਂ ਕਰੂੰਗਾ ਸਾਡੇ ਸੈਮਲ ਜੌਨ ਬਾਈ ਦੀ, ਬਾਈ ਮੂਹਰੇ ਤਾਂ ਸਿਰੇ ਝੁਕਦਾ ਜੀ, ਮੈਂ ਬਾਈ ਦਾ ਜੂਨੀਅਰ ਸੀਗਾ ਜੀ ਇੱਥੇ, ਬਾਈ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ। ਸੱਚੀ ਗੱਲ ਹੈ ਜੀ ਸੈਮੁਲ ਬਾਈ, ਅਸੀਂ ਇੱਕ ਬੰਦਾ ਝਿਜਕਦਾ ਨਹੀਂ ਹੁੰਦਾ, ਮੇਰੇ ਖਿਆਲ 'ਚ ਪਹਿਲੀ ਦੂਜੀ ਵਾਰੀ ਹੋਇਆ ਹੁਣ, ਮੈਂ ਤਾਂ ਸੈਮੁਲ ਬਾਈ ਮੂਹਰੇ ਕਦੇ ਬੋਲਿਆ ਨਹੀਂ ਜਾਣਦੀ। ਅਸੀਂ ਯੂਨੀਵਰਸਿਟੀ ਮੈਂ ਪੜ੍ਹਦਾ ਸੀ, ਸੈਮੁਲ ਬਾਈ ਸਾਡੇ ਸੀਨੀਅਰ ਸੀਗੇ, ਅਤੇ ਅੱਜ ਫਸਟ ਟਾਈਮ ਹੈ ਮੈਂ ਸੈਮੁਲ ਬਾਈ ਤੋਂ ਪਹਿਲਾਂ ਮੈਂ ਬੋਲ ਰਿਹਾ, ਨਹੀਂ ਸੈਮੁਲ ਬਾਈ ਥੋੜ੍ਹਾ ਬੋਲਣ ਦਿੰਦਾ ਸੀ ਕਿਸੇ ਨੂੰ। ਨਹੀਂ ਸੀਰੀਅਸਲੀ ਬਾਈ ਸਲਿਊਟ ਹੈ ਤੁਹਾਨੂੰ, ਤੁਸੀਂ ਬਹੁਤ ਸੀਰੀਅਸ ਥੀਏਟਰ ਕੀਤਾ, ਬਹੁਤ ਸਾਨੂੰ ਮੈਨੂੰ ਮਾਣ ਹੈ ਵੀ ਮੈਂ ਤੁਹਾਡੇ ਨਾਲ ਕੰਮ ਕੀਤਾ, ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ, ਜਿਉਂਦੇ ਰਹੋ ਔਰ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ। ਸੋ ਬਾਈ ਇੱਕ ਵਾਰੀ ਫਿਰ ਮੇਰੇ ਵੱਲੋਂ, ਬਾਈ ਰਾਜ ਬਾਈ ਕਮਾਲ ਵੀਰੇ, ਕਮਾਲ ਉੱਧਰ ਲੱਕੀ ਵੀਰਾ, ਕਮਾਲ ਵੀਰੇ ਬਹੁਤ ਵਧੀਆ, ਤੁਹਾਡੀ ਅੱਖ ਬੋਲਦੀ ਯਾਰ, ਮੈਂ ਤਾਂ ਬਹੁਤ ਨੂੰ ਕਹਿੰਦਾ ਹੁੰਦਾ, ਬਹੁਤ ਵਧੀਆ ਬਾਈ, ਬਹੁਤ ਵਧੀਆ ਬਾਬਾ, ਬਹੁਤ ਕਿਰਪਾ ਕਰੇ। ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਜੱਗੀ ਧੂਰੀ, ਜੱਗੀ ਦਾ ਇੱਧਰੋਂ ਧੰਨਵਾਦ ਕਰਾਉਂਦੇ ਹੀਰੋ ਤੋਂ। ਸੋ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ, ਐਂਡ ਆਪਣਾ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਨਾ ਹੁਣ ਜੋ ਤੁਸੀਂ ਬੋਲ ਰਹੇ ਸੀ, ਮੈਂ ਦੇਖਿਆ, ਮੈਂ ਜੱਗੀ ਦੇਖਿਆ, ਮੈਂ ਜੱਗੀ ਦਾ ਨਾਮ ਲੈਣਾ ਹੀ ਭੁੱਲ ਗਿਆ, ਮੈਨੂੰ ਆਪਣੇ ਆਪ 'ਚ ਅੰਦਰੋਂ ਅੰਦਰ ਹੋਈ ਜਾ ਰਿਹਾ ਸੀਗਾ। ਸੋ ਜੱਗੀ ਧੂਰੀ ਨੂੰ ਹੁਣ ਤੱਕ ਤੁਸੀਂ ਕਾਮੇਡੀ ਫਿਲਮਾਂ ਦੇ ਵਿੱਚ ਦੇਖਿਆ, ਔਰ ਬਹੁਤ ਡਿਫਰੈਂਟ ਕਿਰਦਾਰ ਦੇ ਵਿੱਚ ਮੇਰਾ ਵੀਰ ਆ ਰਿਹਾ ਹੈ, ਅਤੇ ਬਹੁਤ ਸੋਹਣਾ ਕੰਮ ਕੀਤਾ ਇਹਨੇ ਫਿਲਮ ਦੇ ਵਿੱਚ। ਸੋ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ, ਕਿਉਂਕਿ ਫਿਲਮ ਮੇਰੇ ਇਕੱਲੇ ਨਾਲ ਨਹੀਂ ਹੈ, ਇਹ ਸਾਡੀ ਸਾਰੀ ਫੁਲਵਾੜੀ ਹੈ, ਜਦੋਂ ਸਾਰੇ ਜਣੇ ਆਪਣੇ ਆਪਣੇ ਰੋਲ ਨਾਲ ਇਨਸਾਫ ਕਰਦੇ ਆ, ਆਪਣੇ ਆਪਣੇ ਕਰੈਕਟਰ ਨਾਲ ਇਨਸਾਫ ਕਰਦੇ ਆ, ਤਾਂ ਜਾ ਕੇ ਇੱਕ ਸੰਪੂਰਨ ਫਿਲਮ ਬਣਦੀ ਆ। ਕਦੇ ਕੋਈ ਇਕੱਲਾ ਐਕਟਰ ਆਪਣੇ ਦਮ 'ਤੇ ਫਿਲਮ ਨਹੀਂ ਚਲਾ ਸਕਦਾ। ਸੋ ਸਾਰੇ ਹਰ ਬੰਦੇ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ, ਔਰ ਤੁਸੀਂ ਜਦੋਂ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੁਛ ਡਿਫਰੈਂਟ ਤਰ੍ਹਾਂ ਦਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ 'ਚ ਕਿੰਨੇ ਕੁ ਸਫਲ ਹੋਏ ਆ ਉਹ 8 ਮਾਰਚ ਨੂੰ ਤੁਸੀਂ ਦੱਸੋਗੇ। ਥੈਂਕ ਯੂ ਅਰੁਸ਼ੀ, ਤੁਸੀਂ ਇਸ ਫਿਲਮ ਦਾ ਹਿੱਸਾ ਹੋਣਾ, ਬਹੁਤ ਸੋਹਣੇ ਲੱਗ ਰਹੇ ਸਕਰੀਨ 'ਤੇ, ਐਕਸਪੀਰੀਅੰਸ ਕਿਵੇਂ ਦਾ ਸੀ? ਕਿਉਂਕਿ ਬਲੈਕ ਏਅਰ 2 ਮੈਨੂੰ ਲੱਗਦਾ ਵੀ ਪੰਜਾਬ ਦੀ ਉਹ ਵਾਲੀ ਫਿਲਮ ਬਣ ਸਕਦੀ ਹੈ ਜੋ ਸਿਨੇਮਾ ਨੂੰ ਦੁਬਾਰਾ ਚੇਂਜ ਲੈ ਕੇ ਆਊਗੀ, ਰੈਵੋਲਿਊਸ਼ਨ ਲੈ ਕੇ ਆਉਂਦੀ ਹੈ ਐਕਸ਼ਨ 'ਚ, ਮੈਨੂੰ ਲੱਗਦਾ ਇਹ ਫਿਲਮ ਉਹ ਬਣੂਗੀ। ਸੋ ਇਸ ਦਾ ਹਿੱਸਾ ਉਹ, ਤੁਸੀਂ ਐਕਸਪੀਰੀਅੰਸ ਸੈੱਟ ਦਾ ਕਿਵੇਂ ਸੀਗਾ? ਆਈ ਵਿਸ਼ ਕਿ ਜ਼ਿਆਦਾ ਕੰਮ ਹੁੰਦਾ ਤਾਂ ਜ਼ਿਆਦਾ ਟਾਈਮ ਮਿਲਤਾ ਸਪੈਂਡ ਕਰਨ ਕਾ, ਲੇਕਿਨ ਓਵਰਵੈਲਮਿੰਗ ਮਤਲਬ ਮੇਰੀ ਫੀਲਿੰਗ ਥੀ ਜਬ ਮੁਝੇ ਓਰੀਜੀ ਨੇ ਫੋਨ ਕੀਆ ਫੋਰ ਦਾ ਪਾਰਟ, ਐਂਡ ਇਟਸ ਗ੍ਰੇਟ ਕਿ ਇਤਨੀ ਅਮੇਜ਼ਿੰਗ ਟੀਮ ਹੈ, ਮੁਝੇ ਤਾਂ ਮੈਂ ਬੋਲ ਵੀ ਨਹੀਂ ਸਕਤੀ ਇਨਕੇ ਸਾਹਮਣੇ ਬਿਕੋਜ਼ ਦੇ ਆਰ ਆਲਸੋ ਸੀਨੀਅਰ, ਬਟ ਆਫਕੋਰਸ ਆਈ ਫੀਲ ਲੱਕੀ ਕਿ ਮੈਂ ਛੋਟੀ ਹੂੰ ਸਬਸੇ, ਐਂਡ ਆਈ ਗੈਟ ਟੂ ਲਰਨ ਅਲੋਟ ਫਰੋਮ ਦੈਮ, ਸੋ ਆਫਕੋਰਸ ਆਈ ਫੀਲ ਹੈਪੀ ਅਬਾਊਟ ਇਟ। ਸੰਦੀਪ ਬੰਸਲ ਜੀ, ਪੈਸਾ ਲਾਉਣ ਵੇਲੇ ਨਾ ਹੈ ਨਾ ਬਹੁਤ ਟੈਨਸ਼ਨ ਹੁੰਦੀ ਹੈ ਕਿ ਕਿਹੜਾ ਰਾਈਟ ਪ੍ਰੋਜੈਕਟ ਹੈ। ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਲੋਕ ਪ੍ਰੋਡਿਊਸਰ ਦੀ ਹੁੰਦੀ ਹੈ, ਕਿਉਂਕਿ ਸਭ ਤੋਂ ਰਿਸਕ ਜ਼ਿਆਦਾ ਪ੍ਰੋਡਿਊਸਰ ਦਾ ਹੁੰਦਾ। ਪੈਸਾ ਹੈ ਹੀ ਬਹੁਤ ਹੈ, ਪਤਾ ਨਹੀਂ ਕਿੱਥੇ ਕਿੱਥੇ ਲਾਉਣੀ ਹੈ। ਨਹੀਂ ਬਲੈਕੀਆ ਜਦ ਓਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਆਪਾਂ ਇਕੱਠੇ ਮਿਲ ਕੇ ਕਰਦੇ ਹਾਂ, ਤਾਂ ਬਲੈਕੀਆ ਵੈਸੇ ਪਹਿਲਾਂ ਬਲੈਕੀਆ 1 ਵੀ ਬਹੁਤ ਵੱਡਾ
ਸੀਗਾ ਅਤੇ ਦੇਵ ਦੇ ਅਸੀਂ ਫੈਨ ਹੈਗੇ ਹੀ ਹਾਂ ਅਤੇ ਇਹ ਐਜ਼ ਪ੍ਰੋਡਿਊਸਰ ਨਹੀਂ ਐਜ਼ ਫੈਨ ਨੇ ਪੈਸੇ ਲਾਏ ਸੋ ਵਿਵੇਕ ਹੋਰੀ ਜੀ ਤੁਸੀਂ ਵੀ ਪ੍ਰੋਡਿਊਸਰ ਦਾ ਉਹ ਪ੍ਰੋਡਿਊਸਰ ਬਹੁਤ ਚੰਗੀਆਂ ਫਿਲਮਾਂ 'ਤੇ ਪੈਸਾ ਲਾਉਂਦੇ ਹੋ ਇੱਕ ਬਹੁਤ ਜ਼ਰੂਰੀ ਚੀਜ਼ ਹੈ ਪ੍ਰੋਡਿਊਸਰ ਦਾ ਭਰੋਸਾ ਕਰਨਾ ਭਾਈ ਸਭ ਭਾਈ ਪਹਿਲੇ ਤਾਂ ਮੈਂ ਰੱਬ ਦਾ ਸ਼ੁਕਰ ਹੈ ਕਿ ਬਲੈਕ ਏ ਟੂ ਵਰਗੀ ਫਿਲਮ ਮੈਨੂੰ ਰੱਬ ਨੇ ਬਖਸ਼ੀ ਕਿ ਬਣ ਪਾਈ ਹੈ ਔਰ ਮੇਕਰ ਨੂੰ ਨਹੀਂ ਪਤਾ ਲੱਗਦਾ ਕਿ ਕਿੱਦਾਂ ਦੀ ਫਿਲਮ ਬਣਨੀ ਜਦੋਂ ਉਹ ਟੇਬਲ 'ਤੇ ਐਡਿਟ 'ਤੇ ਨਹੀਂ ਜਾਂਦੀ ਅਤੇ ਦੇਵ ਖਰੋੜ ਪਿਛਲੇ 5-6 ਸਾਲਾਂ ਤੋਂ ਬਲੈਕ ਏ 1 ਤੋਂ ਜੁੜੇ ਹੈ ਅਗਰ ਜੇ ਪਹਿਲੀ ਬਲੈਕ ਏ ਦੇਖੋ ਦੇਵ ਖਰੋੜ ਇਨ ਐਸ ਬਲੈਕ ਏ ਔਰ ਸਾਡੀ ਨਜ਼ਰਾਂ ਦੇ ਵਿੱਚ ਦੇਵ ਖਰੋੜ ਇੰਨਾ ਉੱਤੇ ਉੱਠ ਗਿਆ ਤਾਂ ਅਸੀਂ ਉਹਦੇ ਉੱਤੇ ਹੁਣ ਇੱਕ ਹੈਟ ਹੋਰ ਇੱਕ ਰਿਸਪੈਕਟ ਦੀ ਐਕਸ਼ਨ ਸਟਾਰ ਦੇਵ ਖਰੋੜ ਲਗਾਤਾਰ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਪੰਜਾਬ ਦੇ ਵਿੱਚ ਸਿਨੇਮਾ ਕਰਦਾ ਹੈਗਾ ਔਰ ਜਿੰਨੀ ਇਨਵੋਲਵਮੈਂਟ ਦੇਵ ਖਰੋੜ ਫਿਲਮ ਦੇ ਵਿੱਚ ਕਰਦਾ ਹੈਗਾ ਔਰ ਮੈਨੂੰ ਨਹੀਂ ਲੱਗਦਾ ਹੋਰ ਵੀ ਕੋਈ ਕਲਾਕਾਰ ਕਿਉਂਕਿ ਜ਼ੀਰੋ ਤੋਂ ਸਟਾਰਟ ਹੋਣਾ ਹਰ ਕਰੈਕਟਰ ਇਹ ਕਰੈਕਟਰ ਇਸ ਕਰੈਕਟਰ ਨੂੰ ਜਾਊਗਾ ਇਹ ਸਟੋਰੀ 'ਚ ਆਹ ਹੋਣਾ ਚਾਹੀਦਾ ਬਹੁਤ ਸਾਰਾ ਮਤਲਬ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ ਔਰ ਕੈਪਟਨ ਆਫ ਦਾ ਸ਼ਿਪ ਨਵਨੀਤ ਸਿੰਘ ਉਹ ਵੀ ਇਸ ਫਿਲਮ ਨੂੰ ਲੈ ਕੇ ਜੀ ਰਹੇ ਹੈਗੇ ਔਰ ਉਹਨਾਂ ਦੀ ਵੀ ਆਪਣੀ ਲਾਈਫ ਦੀ ਵਨ ਆਫ ਦਾ ਬਿਗੈਸਟ ਫਿਲਮ ਹੈ ਔਰ ਉਹਨਾਂ ਨੇ ਵੀ ਸਟੋਰੀ 'ਚ ਲੈ ਲਓ ਮੇਕਿੰਗ 'ਤੇ ਲੈ ਲਓ ਉਹਨਾਂ ਦੇ ਬ੍ਰਦਰ ਲੈ ਲਓ ਉਹਨਾਂ ਦੇ ਪਾਪਾ ਲੈ ਲਓ ਹਰਮੀਤ ਜੀ ਉਹਨਾਂ ਦੀ ਵੀ ਫੈਮਿਲੀ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੀ ਹੋਈ ਹੈ ਔਰ ਉਹਨਾਂ ਨੇ ਵੀ ਆਪਣਾ ਪੂਰਾ ਕੰਟਰੀਬਿਊਸ਼ਨ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਬੰਸਲ ਸਾਹਿਬ ਅਗਰ ਜੇ ਪਹਿਲੇ ਬਲੈਕੀਆ ਦੇਖੋ ਤਾਂ ਅਸੀਂ ਬਲੈਕੀਆ ਦੇ ਵਿੱਚ ਇੱਕ ਗੁਨਾਹ ਕੀਤਾ ਕਿ ਸਾਡੀ 26 ਅਪ੍ਰੈਲ ਨੂੰ ਆ ਰਹੀ ਸੀਗੀ ਅਤੇ ਇਹਨਾਂ ਦੀ 3 ਮਈ ਨੂੰ ਦਿਲ ਦੀਆਂ ਗੱਲਾਂ ਆ ਰਹੀ ਸੀਗੀ ਅਤੇ ਥੋੜ੍ਹੀ ਜਿਹੀ ਸਾਡੇ ਮਨ ਦੇ ਵਿੱਚ ਇਹਨਾਂ ਦੇ ਮਨ 'ਚ ਸਾਡੇ ਮਨ 'ਚ ਤਾਂ ਨਹੀਂ ਸੀਗੀ ਸਾਡੀ ਮਜਬੂਰੀ ਬਣ ਗਈ ਸੀਗੀ ਤਾਂ ਸਾਨੂੰ ਕਰਨਾ ਪਿਆ 3 ਮਈ ਦੇ ਵਿੱਚ ਔਰ ਅੱਜ ਉਹ ਹੀ ਅੱਜ ਬੰਸਲ ਸਾਹਿਬ ਮੇਰੇ 'ਤੇ ਭਰੋਸਾ ਕੀਤਾ ਸਾਡੀ ਟੀਮ 'ਤੇ ਭਰੋਸਾ ਕੀਤਾ ਅਤੇ ਨਾਲ ਸਾਡੇ ਐਜ਼ ਏ ਬਾਂਹ ਬਣ ਕੇ ਇਸ ਫਿਲਮ ਨੂੰ ਸਪੋਰਟ ਕੀਤਾ ਫਾਈਨੈਂਸ਼ਲੀ ਵੀ ਔਰ ਮੇਰੇ ਸਾਰੇ ਹੋਰ ਵੀ ਕੋ ਪ੍ਰੋਡਿਊਸਰ ਢਿੱਲੋਂ ਬ੍ਰਦਰਸ ਮਹਿਰ ਢਿੱਲੋਂ ਔਰ ਰਮਨਦੀਪ ਢਿੱਲੋਂ ਉਹਨਾਂ ਨੇ ਵੀ ਸਪੋਰਟ ਕੀਤੀ ਇਸ ਫਿਲਮ ਨੂੰ ਔਰ ਸਾਰੇ ਕਲਾਕਾਰ ਤਾਂ ਆਪਣੇ ਆਪਣੇ ਕਰੈਕਟਰ ਦੇ ਵਿੱਚ ਇੰਨੇ ਬੇਖੂਬ ਲੱਗ ਰਹੇ ਆ ਫਿਲਮ ਦੇ ਵਿੱਚ ਟ੍ਰੇਲਰ ਨੇ ਤੁਹਾਨੂੰ ਦਿਖਾਈ ਦਿੱਤਾ ਔਰ ਹੁਣ ਤੁਹਾਡਾ ਸਭ ਦਾ ਸਪੋਰਟ ਚਾਹੀਦੀ ਹੈ ਪਿਆਰ ਚਾਹੀਦਾ ਕਿ ਇਸ ਫਿਲਮ ਨੂੰ ਜਦੋਂ ਮੈਕਸੀਮਮ ਜੋ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਉਹੀ ਲਿਖੋ ਔਰ ਮੈਨੂੰ ਲੱਗਦਾ ਕਿ ਅਸੀਂ ਮਿਹਨਤ ਬਹੁਤ ਕੀਤੀ ਔਰ ਰਿਵਾਰਡ ਸਾਨੂੰ ਮਿਲੂਗਾ ਇਸ ਭਾਈ ਜ਼ਰੂਰ ਮੈਨੂੰ ਲੱਗਦਾ ਸਾਰੇ ਸਪੋਰਟ ਕਰਨਗੇ ਮੀਡੀਆ ਵੀ ਸਾਰਾ ਸਪੋਰਟ ਕਰੂਗਾ ਕਿਉਂਕਿ ਸਾਨੂੰ ਵੀ ਇਹੀ ਹੈ ਸਿਨੇਮਾ ਜਿੰਨਾ ਵੱਡਾ ਹੋਊਗਾ ਆਪਣੇ ਪੰਜਾਬ ਲਈ ਓਨੀ ਮਾਣ ਵਾਲੀ ਗੱਲ ਹੈ ਅਤੇ ਹੁਣ ਮੈਂ ਰਾਜ ਚੰਦਰ ਬਾਈ ਨੂੰ ਮਾਈਕ ਦੇਣਾ ਚਾਹੂੰਗਾ ਕਿਉਂਕਿ ਰਾਜ ਚੰਦਰ ਬਾਈ ਦੀ ਜਰਨੀ ਵੀ ਬਹੁਤ ਕਮਾਲ ਦੀ ਰਹੀ ਹੈ ਰਾਜ ਚੰਦਰ ਬਾਈ ਦੀ ਜਰਨੀ ਛੋਟੇ ਕਰੈਕਟਰ ਤੋਂ ਫਿਰ ਮੇਨ ਲੀਡ ਕਿਰਦਾਰ ਉਸ ਤੋਂ ਬਾਅਦ ਹੁਣ ਬਹੁਤ ਵੱਡੇ ਕਿਰਦਾਰ ਬਹੁਤ ਵਧੀਆ ਕਿਰਦਾਰ ਆ ਰਹੇ ਨੇ ਰਾਜ ਚੰਦਰ ਬਾਈ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਐਕਟਰ ਸ਼ੁਰੂ ਕਰਦਾ ਤਾਂ ਡੈਫੀਨੇਟਲੀ ਉਹਦੀ ਰੇਸ ਹੁੰਦੀ ਹੈ ਵੀ ਉਹ ਏ ਗ੍ਰੇਡ ਦੀਆਂ ਫਿਲਮਾਂ ਕਰੇ ਏ ਕਲਾਸ ਕੰਮ ਕਰੇ ਤਾਂ ਉਹਦੇ ਲਈ ਮਤਲਬ ਹੌਲੀ ਹੌਲੀ ਮਿਹਨਤ ਕਰਦਾ ਬੰਦਾ ਪਹੁੰਚਦਾ ਗਾ ਇਸ ਤੋਂ ਪਹਿਲਾਂ ਮੈਂ ਦੇਵ ਬਾਈ ਨਾਲ ਡਾਕੂਆਂ ਦਾ ਮੁੰਡਾ 2 ਕੀਤੀ ਸੀਗੀ ਉਹਦੇ 'ਚ ਵੀ ਬਹੁਤ ਐਕਸ਼ਨ ਸੀਗਾ ਤਾਂ ਐਕਸ਼ਨ ਮੇਰਾ ਫੇਵਰੇਟ ਜੋਨਰ ਹੈ ਬਾਈ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਸੀ ਜਦੋਰੀ ਸਾਹਿਬ ਦਾ ਇਹ ਫਿਲਮ ਲਈ ਫੋਨ ਆਇਆ ਸੀ ਤਾਂ ਮੈਨੂੰ ਪਤਾ ਲੱਗਿਆ ਵੀ ਬਾਈ ਅਰਗੇ ਆਪ ਹੀ ਕਰ ਰਹੇ ਆ ਸਾਰਾ ਇੰਨੇ ਚਿਰ ਤੋਂ ਜੁੜੇ ਹੋਏ ਆ ਤਾਂ ਟਾਈਮ ਸੀਗਾ ਤਾਂ ਕਰਕੇ ਬਾਈ ਅਰਗਿਆਂ ਨੇ ਚੁਣ ਚੁਣ ਕੇ ਐਕਟਰ ਚੱਕੇ ਹੋਏ ਸੀ
ਅਤੇ ਜਦੋਂ ਸਾਹਮਣੇ ਦੇਵ ਬਾਈ, ਸਹਿਮੁਲ ਭਾਅ ਜੀ, ਪਰਮਵੀਰ, ਲੱਕੀ ਸਾਰੇ ਐਡੇ ਐਡੇ ਐਕਟਰ ਹੋਣ ਤਾਂ ਥੋੜ੍ਹੀ ਜ਼ਿੰਮੇਦਾਰੀ ਵੱਧ ਜਾਂਦੀ ਹੈ ਤੁਹਾਡੀ ਕਿ ਤੁਸੀਂ ਵੀ ਉਹਨਾਂ ਨਾਲ ਮੈਚ ਕਰੋ ਕੰਮ ਦੇ ਵਿੱਚ। ਤਾਂ ਪਰ ਬਾਈ ਅਰਗਨ ਦੀ ਬਹੁਤ ਸਪੋਰਟ ਸੀਗੀ, ਬਹੁਤ ਮਤਲਬ ਗੱਲ ਕਰਦੇ ਸੀ ਕਿਉਂਕਿ ਫਿਲਮ ਇਹਨਾਂ ਦੀ ਆਪਦੀ ਕਹਾਣੀ ਲਿਖੀ ਹੋਈ ਸੀ, ਤਾਂ ਇੰਨਾ ਔਖਾ ਨਹੀਂ ਸੀਗਾ ਕੰਮ ਕਰਨਾ, ਪਰ ਫਿਰ ਵੀ ਆਪਦੀ ਗੱਟ ਫੀਲਿੰਗ ਨਾਲ ਕੀਤਾ ਮਤਲਬ ਜਿੰਨਾ ਕਰ ਸਕਦੀ ਸੀ। ਥੈਂਕ ਯੂ ਲੱਕੀ ਧਾਲੀਵਾਲ ਬਾਈ। ਜਿਵੇਂ ਆਉਂਦੇ ਬਿੰਨੂ ਢਿੱਲੋਂ ਬਾਈ ਨੇ ਤਾਰੀਫ ਕੀਤੀ, ਇੰਨੇ ਦਿੱਗਜ ਕਲਾਕਾਰਾਂ ਤੋਂ ਤਾਰੀਫ ਮਿਲਣੀ ਹੈ ਨਾ, ਨਾਲ ਕੰਮ ਕੀਤਾ ਤਾਰੀਫ ਮਿਲਣੀ, ਉਹ ਕਿਵੇਂ ਦਾ ਰਹਿੰਦਾ ਹਮੇਸ਼ਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਉਹ ਕੋਚ ਨਹੀਂ ਇਹੋ ਜਿਹੇ ਹੋਇਆ ਮੇਰੇ ਅਤੇ ਬਾਕੀ ਬਾਈ ਨਾਲ ਬਹੁਤ ਸਪੋਰਟ ਆ ਬਾਈਆਂ ਦੀ। ਹਾਂਜੀ, ਪਹਿਲਾਂ ਤਾਂ ਇਹ ਟੀਮ ਦਾ ਹਿੱਸਾ ਹੋਣੀ ਬਹੁਤ ਵੱਡੀ ਗੱਲ ਹੈ ਜੀ। ਸੋ ਬਾਈ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਜਦੋਂ ਮੈਂ ਕਰੈਕਟਰ ਸੁਣਿਆ ਸੀਗਾ ਅਤੇ ਲੱਗਿਆ ਸੀ ਵੀ ਡਿਫਰੈਂਟ ਜਿਹਾ ਕਰੈਕਟਰ ਮੈਂ ਕਿਵੇਂ ਕਰੂੰਗਾ ਹੈ ਨਾ, ਅਤੇ ਬਾਈ ਨੇ ਮੈਨੂੰ ਕੋਲ ਬੁਲਾਇਆ, ਕਿਹਾ ਵੀ ਲੱਗੀ ਉੱਦਾਂ ਨਹੀਂ, ਇੱਦਾਂ ਕਰਕੇ ਦੇਖ। ਹਾਂਜੀ, ਸ਼ਕਤੀ ਕਪੂਰ ਦਾ ਜੀ। ਹਾਂ, ਉਹ 'ਚ ਫਿਲਮ ਸੀਗਾ ਬਾਈ, ਖੱਟਾ ਮਿੱਠਾ ਜਿਹਾ ਨੈਗੇਟਿਵ ਕਰੈਕਟਰ ਹੈ ਜੀ, ਅਤੇ ਥੋੜ੍ਹਾ ਜਿਹਾ ਕਰਨ 'ਚ ਵੀ ਬੜਾ ਵਧੀਆ ਲੱਗਿਆ ਜੀ। ਸੋ ਬਾਕੀ ਤੁਸੀਂ ਮੂਵੀ 'ਚ ਦੇਖਿਓ ਅਤੇ ਸਪੋਰਟ ਕਰਿਓ ਨਾ ਜੀ। ਥੈਂਕ ਯੂ। ਇੱਕ ਮੈਂ ਸਾਰੀ ਆਪਣੀ ਟੀਮ ਦਾ ਸ਼ੁਕਰਗੁਜ਼ਾਰ ਹੈਗਾ ਕਿ ਮੇਕਿੰਗ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਇਹ ਬਲੈਕੀਆ ਬਣਨ ਦੇ ਵਿੱਚ, ਸਭ ਤੋਂ ਪਹਿਲੇ ਰਾਈਟਰ ਇੰਦਰਪਾਲ ਸਿੰਘ ਜਿਨ੍ਹਾਂ ਨੇ ਪਹਿਲੇ ਸਾਡਾ ਸ਼ਰੀਕ ਬਲੈਕੀਆ ਬਣ ਵੀ ਕੀਤੀ, ਗੁਰਪ੍ਰੀਤ ਸਹਿਜ ਜੀ, ਨਵਨੀਤ ਸਿੰਘ, ਨੰਨੂ ਜੀ, ਹਰਮੀਤ ਜੀ, ਇਹ ਡੀ ਓ ਪੀ ਵਾਲਾ ਭਾਗ ਸੰਭਾਲੇ ਸੀ, ਐਕਸ਼ਨ ਡਾਇਰੈਕਟਰ ਕੇ ਗਣੇਸ਼, ਸਾਰੇ ਮਤਲਬ ਇੱਥੇ ਨਹੀਂ ਹੈਗੇ, ਬਟ ਇਹ ਬਲੈਕੀਆ ਕੰਪਲੀਟ ਜੇ ਬਣੀ ਹੈ। ਫਾਈਨੈਂਸ ਤਾਂ ਚਲੋ ਸਾਡਾ ਹੈਗਾ ਲੱਗਾ, ਮੇਰੀ ਫੈਮਿਲੀ, ਮੇਰੀ ਵਾਈਫ ਮੋਨਾ, ਸੰਚੇਤ ਬੇਟਾ, ਸਾਰਿਆਂ ਦੀ ਕੰਟਰੀਬਿਊਸ਼ਨ ਇਸ ਫਿਲਮ ਨੂੰ ਬਹੁਤ ਹੈ। ਸਾਰੇ ਸਹਿ ਕਲਾਕਾਰ, ਚਾਹੇ ਲੱਕੀ ਹੋਵੇ, ਚਾਹੇ ਝਿੰਜਰ ਸਾਹਿਬ ਹੋਣ, ਚਾਹੇ ਸੁੱਕੀ ਚਾਲ ਜੀ ਅੱਜ ਨਹੀਂ ਹੈਗੇ, ਚਾਹੇ ਸੈਮੂਲ ਭਾਅ ਜੀ ਲੈ ਲਓ, ਅਤੇ ਚਾਹੇ ਪਰਮਵੀਰ ਹੁਣੀ ਲੈ ਲਓ, ਜਾਂ ਜੱਗੀ ਜੀ ਲੈ ਲਓ, ਸਾਰੇ ਮਤਲਬ ਕਲਾਕਾਰਾਂ ਦੇ ਕਰਕੇ ਹੀ ਇਹ ਫਿਲਮ ਇਸ ਮੁਕਾਮ 'ਤੇ ਪਹੁੰਚੀ ਹੈ। ਔਰ ਮੇਰੇ ਹਿਸਾਬ ਨਾਲ ਦੇਵ ਬਾਈ ਦੀ ਅੱਜ ਫਲਾਈਟ ਹੈਗੀ ਹੈ, ਅਤੇ ਇਹਨਾਂ ਨੇ ਥੋੜ੍ਹਾ ਕਾਲੀ ਪਹਿਨੀ ਹੈਗੀ, ਅਤੇ ਮੇਰੇ ਹਿਸਾਬ ਨਾਲ ਜਿਹਨਾਂ ਨੇ ਵੀ ਤੁਸੀਂ ਬਾਈਟਸ ਵਗੈਰਾ ਇੰਡੀਵਿਜੁਅਲੀ ਕਰਨੀ। ਸੀ ਸੀ ਐਲ ਦਾ ਮੈਚ ਜਾ ਖੇਡਣ ਜਾਣਾ ਜੀ ਉੱਥੇ ਦੁਬਈ। ਆ ਇੱਧਰ ਹੁਣ ਸਹਿਮਲ ਭਾਅ ਜੀ, ਸਹਿਮਲ ਭਾਅ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ। ਮੇਰਾ ਨਾ ਜ਼ਿਆਦਾ ਕੁਛ ਰੁਝਾਨ ਥੀਏਟਰ ਵੱਲ ਹੀ ਰਿਹਾ, ਅਤੇ ਜਦੋਂ ਮੈਨੂੰ ਫਿਲਮ ਮਿਲੀ ਮੈਂ ਕਲਕੱਤੇ ਥੀਏਟਰ ਦੇਖ ਰਿਹਾ ਸੀ। ਮੈਨੂੰ ਉੱਥੋਂ ਦਾ ਥੀਏਟਰ ਬੜਾ ਚੰਗਾ ਲੱਗਦਾ, ਲਗਾਤਾਰ ਸਾਲ ਕੁ ਤੋਂ ਮੈਂ ਉੱਥੇ ਸੀ। ਪਰ ਜਦੋਂ ਫਿਲਮ ਬਾਰੇ ਗੱਲਬਾਤ ਚੱਲੀ ਤਾਂ ਗੁਗਨੂ ਹੋਰਾਂ ਨੇ ਮੈਨੂੰ ਸਕ੍ਰਿਪਟ ਬਾਰੇ ਦੱਸਿਆ ਸੀਗਾ, ਅਤੇ ਮੈਨੂੰ ਇਹਦੇ ਕਰੈਕਟਰ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਨਾ ਤੈਹਾਂ, ਹਰ ਮਨੁੱਖ ਦੇ ਅੰਦਰ ਬਹੁਤ ਤੈਹਾਂ ਆਉਂਦੀਆਂ, ਕਈ ਵਾਰੀ ਉਹ ਇੱਕ ਅੱਧੀ ਤੈਅ ਹੀ ਸਾਹਮਣੇ ਆਉਂਦੀ ਆਮ ਜ਼ਿੰਦਗੀ 'ਚ ਵੀ, ਅਤੇ ਇਹੋ ਜਿਹਾ ਕੁਝ ਕਈ ਵਾਰੀ ਅਸੀਂ ਜਦੋਂ ਜ਼ਿੰਦਗੀ 'ਚ ਵਾਪਰਦਾ, ਜਿਹਨੂੰ ਟਰੂ ਲਵ ਕਹਿ ਦਿੰਦੇ ਆ, ਉਹ ਹੋ ਜਾਂਦਾ, ਉਦੋਂ ਬਾਅਦ ਵਿਆਹ ਵੀ ਹੋ ਜਾਂਦਾ, ਉਦੋਂ ਬਾਅਦ ਅਗਲੀ ਤੈਅ ਸਾਹਮਣੇ ਆ ਜਾਂਦੀ, ਫਿਰ ਪ੍ਰੋਬਲਮ ਆ ਜਾਂਦੀ ਆ। ਇਹ ਹਾਂ ਮਨੁੱਖ ਆ, ਆਪਾਂ ਤਾਂ ਇਹ ਗੱਲ ਕਰ ਰਹੇ ਨਾ, ਸੋ ਮਨੁੱਖੀ ਤੈਹਾਂ ਨੇ। ਸੋ ਮੇਰੇ ਮੈਨੂੰ ਜਿਹੜਾ ਕਰੈਕਟਰ ਮਿਲਿਆ, ਮੈਨੂੰ ਸਭ ਤੋਂ ਵਧੀਆ ਗੱਲ ਤਾਂ ਇਹ ਬੜੀ ਅੱਛੀ ਲੱਗ ਰਹੀ ਹੈ ਕਿ ਦੇਵ ਸਟਰੀਟ ਪਲੇ ਕਰਦਾ ਹੁੰਦਾ ਸੀ। ਮੈਨੂੰ ਮੱਕੜ ਸਾਹਿਬ ਨੇ ਇੰਟਰਵਿਊ ਦੇ ਵਿੱਚ ਪੁੱਛ ਲਿਆ ਕਿ ਥੀਏਟਰ ਦਾ ਕੋਈ ਹੀਰੋ ਨਹੀਂ, ਮੈਨੂੰ ਸੋਚਣ ਦੀ ਲੋੜ ਨਹੀਂ ਪਈ ਤਾਂ ਮੈਂ ਦੇਵ ਦਾ ਨਾਂ ਲੈ ਤਾ।
ਕਿ ਇੱਕ ਐਸਾ ਕਲਾਕਾਰ ਕਿ ਜਿਹੜਾ ਇੱਕ ਸਟਰੀਟ ਦੇ ਵਿੱਚ ਵੀ ਸੀ ਔਰ ਉਸ ਤੋਂ ਬਾਅਦ ਸਿਨੇਮੇ ਦੇ ਵਿੱਚ ਪੰਜਾਬੀ ਸਿਨੇਮੇ ਦੇ ਵਿੱਚ ਹਾਈਟ 'ਤੇ ਹੈ ਔਰ ਮੈਨੂੰ ਜਿਹੜਾ ਮੇਰੇ ਲਈ ਹਮੇਸ਼ਾ ਸ਼ਰਾਰਤੀ ਰਿਹਾ ਅਤੇ ਐਂ ਅਸੀਂ ਹਾਲ 'ਚ ਬੈਠੇ ਗੱਲਾਂ ਕਰਦੇ ਹੁੰਦੇ ਸੀ ਐਕਟਿੰਗ ਬਾਰੇ ਅਤੇ ਇਹ ਬਹੁਤਾ ਕੋਈ ਸੀਰੀਅਸਲੀ ਲੈਂਦਾ ਨਹੀਂ ਸੀ ਕਿਸੇ ਹੋਰ ਕੰਮ ਨੂੰ ਸੀਰੀਅਸਲੀ ਲੈਂਦਾ ਸੀ ਤੁਰਨਾ ਫਿਰਨਾ ਯੂਨੀਵਰਸਿਟੀ ਦਾ ਮਾਹੌਲ ਉਹ ਹੁੰਦਾ ਹੈ ਨਾ ਸੋ ਉਹ ਹੁੰਦਾ ਯਾਰ ਹਾਂ ਨਹੀਂ ਉਹ ਸਿੱਧਾ ਸਿੱਧਾ ਤਾਂ ਨਹੀਂ ਹਾਂ ਬਾਕੀ ਬਾਕੀ ਕਲਾਕਾਰ ਨੇ ਨਾ ਇਸ਼ਾਰੇ ਜਿਹੇ ਕਰਨੇ ਹੁੰਦੇ ਬਸ ਸੋ ਇਹਨਾਂ ਲੋਕਾਂ ਨੇ ਆ ਕੇ ਇੰਡਸਟਰੀ ਨੂੰ ਇਸ ਲੈਵਲ 'ਤੇ ਲੈ ਕੇ ਗਏ ਇੰਡਸਟਰੀ ਨਾ ਇਕੱਲੇ ਕਿਸੇ ਚਾਹੇ ਮੈਂ ਇਹਨਾਂ ਦੇ ਨਾਮ ਬੋਲ ਰਿਹਾ ਉਹਦੇ ਨਾਲ ਪੂਰੀ ਟੀਮ ਪੈਸੇ ਲਾਉਣ ਵਾਲੇ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਔਰ ਮੇਰੇ ਲਈ ਜਿਹੜੇ ਮਹੱਤਵਪੂਰਨ ਹੁੰਦਾ ਜਦੋਂ ਹੇਠਲਾ ਵਰਕਰ ਹੁੰਦਾ ਉਹਨੂੰ ਵੀ ਰੋਟੀ ਨਸੀਬ ਹੁੰਦੀ ਹੈ ਤਾਂ ਉਹ ਯਾਰ ਬਹੁਤ ਇਹ ਸੱਚਮੁੱਚ ਤੁਸੀਂ ਮੀਡੀਆ ਵਾਲੇ ਬੜੇ ਸੈਂਸਿਟਿਵ ਕਿਉਂਕਿ ਤੁਹਾਡਾ ਸੈਂਸਿਟਿਵਿਟੀ ਨਾਲ ਸੰਬੰਧ ਹੈ ਜਦੋਂ ਵੀ ਤੁਹਾਡੀ ਸੈਂਸਿਟਿਵਿਟੀ ਮੀਡੀਆ ਦੀ ਵੀ ਖਤਮ ਹੋਏਗੀ ਨਾ ਸਮਾਜ 'ਚ ਉਥਲ ਪੁਥਲ ਹੋ ਜਾਂਦੀ ਹੈ ਸੋ ਹਰ ਮਨੁੱਖ ਲਈ ਕਿ ਅਸੀਂ ਦੂਸਰੇ ਦਾ ਦੁੱਖ ਦਰਦ ਮਹਿਸੂਸ ਕਰੀਏ ਐਸਾ ਕੁਝ ਹੋ ਸਕੇ ਅਤੇ ਸਿਨੇਮਾ ਜਿਹਦੇ ਵਿੱਚ ਹੁਣ ਚਲੋ ਫਿਰ ਕਦੇ ਲੰਬੀ ਗੱਲਬਾਤ ਕਰਾਂਗੇ ਜੇ ਕਦੋਂ ਮੌਕਾ ਮਿਲਿਆ ਮੈਂ ਹੁਣ ਲਗਾਤਾਰ ਸਿਨੇਮੇ 'ਚ ਹੀ ਹਾਂ ਸੋ ਮੈਨੂੰ ਦੇਵ ਨਾਲ ਦੇਵ ਤੋਂ ਮੈਂ ਗੱਲਾਂ ਕੁਛ ਕਿਉਂਕਿ ਮੈਂ ਜਦੋਂ ਇਨਵੋਲਵ ਹੁੰਦਾ ਨਾ ਕੈਮਰਾ ਭੁੱਲ ਜਾਂਦਾ ਇਹ ਚੰਗੀ ਗੱਲ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਹੁੰਦੀ ਕਿਉਂਕਿ ਟੈਕਨੀਕਲੀ ਧਿਆਨ ਰੱਖਣਾ ਹੁੰਦਾ ਅਤੇ ਦੇਵ ਨੇ ਮੈਨੂੰ ਖਾਸੀ ਮਦਦ ਕੀਤੀ ਟੈਕਨੀਕਲੀ ਕਿ ਕੈਮਰਾ ਹੈ ਭਾਅ ਜੀ ਥੋੜ੍ਹਾ ਜਿਹਾ ਹੈ ਕਿ ਉਹ ਵੀ ਇਸ ਪਾਸਿਓਂ ਆਪਾਂ ਆਉਣਾ ਇੰਨਾ ਕੁ ਤਾਂ ਇੱਥੋਂ ਕੁ ਤੱਕ ਖੇਡਣਾ ਸੋ ਫਿਲਮ ਦੇ ਵਿੱਚ ਉਹ ਜਿਹੜੇ ਰੰਗ ਹੈ ਮੈਂ ਇਹਨਾਂ ਦੇ ਨਾਲ ਸਹਿਯੋਗ ਕੀਤਾ ਹੈ ਇਹਨਾਂ ਦਾ ਮੈਂ ਦੋਸਤ ਵੀ ਹੈ ਅਤੇ ਮੈਂ ਪੰਜਾਬੀ ਸਪੋਰਟਿੰਗ ਕਰੈਕਟਰ ਹੈ ਉਹ ਮੇਰਾ ਥੋੜ੍ਹਾ ਜਿਹਾ ਉਹ ਤੁਸੀਂ ਫਿਲਮ 'ਚ ਦੇਖਿਓ ਫਿਰ ਸ਼ਾਇਦ ਆਪਾਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਕਰਦੇ ਰਹਾਂਗੇ ਅਤੇ ਕੋਈ ਵੀ ਵਿਅਕਤੀ ਮੇਰਾ ਕਿਤੋਂ ਵੀ ਨੰਬਰ ਲੈ ਕੇ ਕਦੋਂ ਵੀ ਕੋਈ ਵੀ ਗੱਲ ਕਰ ਸਕਦਾ ਬੈਠ ਕੇ ਚਾਹ ਪਾਣੀ ਪੀ ਸਕਦੇ ਹਾਂ ਫਿਲਮ ਦੀਆਂ ਨਹੀਂ ਨਾਲ ਨਾਲ ਜ਼ਿੰਦਗੀ ਦੀਆਂ ਵੀ ਕਿਉਂਕਿ ਹਰ ਮਨੁੱਖ ਦੇ ਆਪਣੇ ਦੁੱਖ ਦਰਦ ਹੁੰਦੇ ਅਤੇ ਜਦੋਂ ਤੱਕ ਉਹ ਸਾਂਝੇ ਨਹੀਂ ਕਰੂਗਾ ਇੱਕ ਮਨੁੱਖ ਦੂਜੇ ਨਾਲ ਤਾਂ ਉਹਨਾਂ ਦੇ ਅੰਦਰ ਤਬਦੀਲੀ ਨਹੀਂ ਆਉਂਦੀ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨ ਪਰਮਵੀਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਕਹਿੰਦੇ ਨੇ ਜਦੋਂ ਇੰਜਨ ਪਾਵਰਫੁੱਲ ਹੋਵੇ ਨਾ ਤਾਂ ਪਿੱਛੇ ਡੱਬੇ ਜੋੜੀ ਜਾਂਦੇ ਸੋ ਸਾਡਾ ਇੰਜਨ ਦੇਵ ਬਾਈ ਆਲਵੇਜ਼ ਘੈਂਟ ਸੀ ਘੈਂਟ ਹੈ ਪਰਦੇ ਦੇ ਪਿੱਛੇ ਵੀ ਘੈਂਟ ਹੈ ਅਤੇ ਪਰਦੇ ਦੇ ਅੱਗੇ ਵੀ ਘੈਂਟ ਸੋ ਇਹਨਾਂ ਨੇ ਪੂਰੀ ਮਿਹਨਤ ਕੀਤੀ ਜਦੋਂ ਇਹਨਾਂ ਦੀ ਮਿਹਨਤ ਅਸੀਂ ਦੇਖਦੇ ਸੀ ਕਿ ਦੇਵ ਬਾਈ ਲੱਗਿਆ ਹੋਇਆ ਹਰ ਚੀਜ਼ ਨੂੰ ਦੇਖ ਰਿਹਾ ਅਤੇ ਸਾਨੂੰ ਵੀ ਸਾਡੀ ਵੀ ਡਿਊਟੀ ਬਣ ਜਾਂਦੀ ਕਿ ਅਸੀਂ ਵੀ ਉਨੀ ਮਿਹਨਤ ਕਰੀਏ ਅਤੇ ਜਦੋਂ ਮੈਨੂੰ ਇਹ ਰੋਲ ਪਤਾ ਲੱਗਿਆ ਅਤੇ ਮੈਨੂੰ ਇਹ ਲੱਗਿਆ ਕਿ ਯਾਰ ਮੈਂ ਸ਼ਾਇਦ ਉਸ ਰੋਲ ਵਾਸਤੇ ਫਿੱਟ ਨਹੀਂ ਹੈਗਾ ਓਨੈਸਟਲੀ ਮੈਂ ਦੱਸਾਂ ਕਿਉਂਕਿ ਮੇਰਾ ਜਿਹੜਾ ਸੁਭਾਅ ਹੈਗਾ ਮੈਂ ਥੋੜ੍ਹਾ ਜਿਹਾ ਭਾਅ ਜੀ ਮੈਨੂੰ ਭਾਅ ਜੀ ਤੁਹਾਡੇ ਵਾਂਗੂ ਮੈਂ ਵੀ ਯੂਨੀਵਰਸਿਟੀ 'ਚ ਕਾਫੀ ਘੁੰਮਦਾ ਰਹਿੰਦਾ ਸੋ ਲੇਕਿਨ ਉਹ ਕਿਰਦਾਰ ਇੱਕ ਡਿਫਰੈਂਟ ਜਿਹਾ ਸੀ ਅਤੇ ਅੱਛਾ ਲੱਗਿਆ ਕਰਕੇ ਔਰ ਥੈਂਕਸ ਬਿੰਨੂ ਭਾਅ ਜੀ ਜਦੋਂ ਤੁਹਾਡੇ ਵਰਗੇ ਅੱਛੇ ਐਕਟਰਸ ਔਰ ਸਰਾਹਨ ਦਿੰਦੇ ਕਿ ਯਾਰ ਤੁਸੀਂ ਅੱਛੇ ਲੱਗੇ ਹੋ ਜਾਂ ਮੈਂ ਪਰਮ ਨਹੀਂ ਲੱਗਿਆ ਉਹਦੇ ਵਿੱਚ ਜੋ ਦੌਲਤਾ ਜੋ ਕਰੈਕਟਰ ਹੈਗਾ ਉਹ ਲੱਗ ਰਿਹਾ ਸੋ ਬੜਾ ਮਾਣ ਮਹਿਸੂਸ ਹੁੰਦਾ ਔਰ ਜ਼ਿੰਮੇਵਾਰੀ ਇੱਕ ਹੋਰ ਵੱਧ ਜਾਂਦੀ ਹੈ ਕਿ ਕੱਲ੍ਹ ਨੂੰ ਕੋਈ ਹੋਰ ਅਗਰ ਮੈਨੂੰ ਕੋਈ ਕਰੈਕਟਰ ਮਿਲਦਾ ਜਾਂ ਕੋਈ ਹੋਰ ਰੋਲ ਮਿਲਦਾ ਤਾਂ ਮੈਂ ਉਹਦੇ ਵਾਸਤੇ ਓਨਾ ਹੀ ਖਰਾ ਉਤਰਾਂ
ਪਰਮ ਨਾ ਲੱਗਾਂ ਕਿ ਉਹ ਕਰੈਕਟਰ ਲੱਗਾਂ। ਸੋ ਬਾਕੀ ਇੰਟਾਇਰ ਟੀਮ, ਥੈਂਕਸ ਟੂ ਵਰੀ ਸਾਹਿਬ, ਆਵਰ ਪ੍ਰੋਡਿਊਸਰ ਬਾਂਸਲ ਸਾਹਿਬ, ਐਂਡ ਰਾਜ ਚੰਜਰ ਮੇਰਾ ਛੋਟਾ ਵੀਰ ਆਲਵੇਜ਼, ਐਂਡ ਲੱਕੀ ਐਂਡ ਰਿਸ਼ੀ ਜੀ, ਕੀਪ ਸਮਾਈਲਿੰਗ ਆਲਵੇਜ਼, ਯੂ ਲੁਕਿੰਗ ਵੈਰੀ ਪ੍ਰੀਟੀ ਇਨ ਦੈਟ, ਐਂਡ ਥੈਂਕ ਯੂ ਬਿੰਨੂ ਭਾਅ ਜੀ, ਥੈਂਕ ਯੂ ਦੇਵ ਬਾਈ ਜੀ, ਥੈਂਕ ਯੂ ਸਿਮਲ ਬਾਈ ਜੀ। ਤੁਹਾਡੀਆਂ ਸਿਆਣੀਆਂ ਬਣੀਆਂ ਗੱਲਾਂ ਸੁਣ ਕੇ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਮੈਂ ਕੁਛ ਇਸ ਤਰ੍ਹਾਂ ਦਾ ਬੋਲਾਂ, ਪਰ ਮੇਰੇ ਤੋਂ ਇਸ ਤਰ੍ਹਾਂ ਦੀ ਸਿਆਣੀ ਬਿਆਣੀ ਗੱਲ ਹੋਣੀ ਹੀ ਨਹੀਂ। ਸੋ ਥੈਂਕ ਯੂ ਇੰਟਾਇਰ ਟੀਮ, ਐਂਡ ਸਾਡੇ ਡਾਇਰੈਕਟਰ ਮਿਸਟਰ ਨਵਨੀਤ ਸਿੰਘ, ਉਹ ਉੱਥੇ ਲੱਗੇ ਹੋਏ, ਉਹਨਾਂ ਦੀ ਜਦੋ ਜਹਿਦ ਚੱਲ ਰਹੀ ਹੈ ਸੋ ਇਸ ਫਿਲਮ ਪਿੱਛੇ, ਔਰ ਥੈਂਕਸ ਟੂ ਇੰਟਾਇਰ ਪ੍ਰੈਸ, ਸਾਡੀ ਫਿਲਮ ਤੁਸੀਂ ਟ੍ਰੇਲਰ ਦੇਖ ਹੀ ਲਿੱਤਾ, ਔਰ ਉਮੀਦ ਕਰਦਾ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਇਆ ਹੋਣਾ। ਪਰ ਸਾਡੀ ਗੱਲ ਜਿੰਨੀ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਫਿਲਮ ਜ਼ਰੀਏ, ਇਮੋਸ਼ਨਸ ਹੈ, ਜਿਵੇਂ ਦੇਵ ਬਾਈ ਹੋਰਾਂ ਨੇ ਕਿਹਾ ਸੀ ਕਿ ਇਕੱਲਾ ਐਕਸ਼ਨ ਨਹੀਂ ਹੈ, ਇਮੋਸ਼ਨਸ ਹੈ ਔਰ ਡਰਾਮਾ ਹੈ, ਟ੍ਰੈਜਡੀ ਹੈ, ਐਵਰੀਥਿੰਗ ਜੋ ਵੀ ਹੈ ਇਹਦੇ ਵਿੱਚ, ਅਗਰ ਕੌਮੇਡੀ ਵੀ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਪਰਫੈਕਟ ਨੇ ਆਪਣੇ ਹਿਸਾਬ ਨਾਲ। ਸੋ ਸਾਰਿਆਂ ਨੇ ਦਰਖਾਸਤ ਹੈ ਕਿ ਇਹ ਫਿਲਮ ਤੁਸੀਂ ਜ਼ਰੂਰ ਦੇਖਿਓ, ਔਰ ਬਾਕੀ ਮੀਡੀਆ ਤੁਸੀਂ ਦੇਖ ਕੇ ਇਹਨਾਂ ਨੂੰ ਪਲੀਜ਼ ਜ਼ਰੂਰ ਆਪਣੇ ਆਪ 'ਚ ਲਿਖਿਓ ਜਾਂ ਜਿੱਥੇ ਵੀ ਤੁਸੀਂ ਸ਼ੇਅਰ ਕਰਦੇ ਹੋ ਕਿ ਇਹ ਸਾਡੀ ਫਿਲਮ ਨੂੰ ਬਾਕਮਾਲ ਦੇਖਣ, ਔਰ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਇੱਕ ਸਾਰੀ ਫਿਰ ਖੁਸ਼ੀਆਂ ਆ ਜਾਣ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਇੰਟਾਇਰ ਟੀਮ। ਜੱਗੀ ਧੂਰੀ ਬਾਈ, ਲਓ ਜੀ ਜੱਗੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਬਸ ਦੋ ਗੱਲਾਂ ਹੀ ਕਹਿਣਾ ਚਾਹੂੰਗਾ, ਟਾਈਮ ਪਹਿਲਾਂ ਹੀ ਉਹਰੀ ਸਾਹਿਬ ਨੇ ਕਿਹਾ ਘੱਟ ਹੈ, ਅਤੇ ਚਾਹੇ ਕੋਈ ਵੀ ਆਰਟਿਸਟ ਹੈ, ਚਾਹੇ ਥੀਏਟਰ ਤੋਂ ਹੈ, ਚਾਹੇ ਕਿਸੇ ਵੀ ਫੀਲਡ ਤੋਂ, ਜਦੋਂ ਇਸ ਲਾਈਨ ਦੇ ਵਿੱਚ ਆਉਂਦਾ ਤਾਂ ਉਹਦਾ ਇੱਕ ਸੁਪਨਾ ਹੁੰਦਾ ਕਿ ਉਹ ਇੱਕ ਵਧੀਆ ਪ੍ਰੋਜੈਕਟ ਨਾਲ ਜੁੜ ਸਕੇ, ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਆਪਣੇ ਆਪ ਨੂੰ ਸਾਬਿਤ ਕਰਨਾ, ਅਤੇ ਮੈਨੂੰ ਮੌਕਾ ਮਿਲਿਆ ਇਸ ਫਿਲਮ ਰਾਹੀਂ, ਅਤੇ ਦੇਵ ਬਾਈ ਦਾ, ਉਹਰੀ ਸਾਹਿਬ ਦਾ, ਨਵਨੀਤ ਭਾਅ ਜੀ ਦਾ, ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਾਇਆ। ਅਤੇ ਤੁਸੀਂ ਹੋਰ ਵੀ ਲੱਕੀ ਹੋ ਜਾਂਦੇ ਹੋ ਜਦੋਂ ਤੁਸੀਂ ਉਹਨਾਂ ਕਲਾਕਾਰਾਂ ਨਾਲ ਕੰਮ ਕਰਦੇ ਹੋ ਜਿਨ੍ਹਾਂ ਨੂੰ ਦੇਖ ਦੇਖ ਕੇ ਤੁਸੀਂ ਸਿੱਖੇ ਹੁੰਦੇ ਹੋ, ਕਿਉਂਕਿ ਮੈਂ ਧੂਰੀ ਤੋਂ ਹਾਂ, ਬੀਨੂ ਬਾਈ ਧੂਰੀ ਤੋਂ ਨੇ, ਅਸੀਂ ਉਹਨਾਂ ਪਰਿਵਾਰਾਂ ਤੋਂ ਆਉਂਦੇ ਹਾਂ ਜਿੱਥੋਂ ਸਾਨੂੰ ਕੋਈ ਬਹੁਤੀ ਗਾਈਡੈਂਸ ਨਹੀਂ ਹੁੰਦੀ, BA ਪਾਸ ਕਰਨ ਤੋਂ ਬਾਅਦ ਜਾਂ ਤੁਸੀਂ ਆਪਣੀ ਹੈ ਨਾ ਗ੍ਰੈਜੂਏਸ਼ਨ ਕਿਸੇ ਵੀ ਫੀਲਡ 'ਚ ਕੀਤੀ ਆ, ਤਾਂ ਤੁਹਾਡੇ ਸਾਹਮਣੇ ਕੋਈ ਤੁਹਾਡਾ ਟਾਰਗੇਟ ਨਹੀਂ ਹੁੰਦਾ, ਪਰ ਸਾਡੇ ਸਾਹਮਣੇ ਟਾਰਗੇਟ ਸੀ ਕਿਉਂਕਿ ਬੀਨੂ ਬਾਈ ਹੋਰੀ ਧੂਰੀ ਤੋਂ ਸੀ, ਅਸੀਂ ਇਹਨਾਂ ਦੇ ਡਰਾਮੇ ਦੇਖਦੇ ਸੀ, ਸਾਨੂੰ ਉਦੋਂ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਥੀਏਟਰ ਦੀ MA ਹੁੰਦੀ ਹੈ, ਕਲਾਕਾਰ ਸੀਗੇ, ਸਟੇਜ ਕਰਦੇ ਸੀਗੇ, ਸਕੂਲਾਂ ਕਾਲਜਾਂ ਤੋਂ ਕਰਦੇ ਰਹੇ, ਅਤੇ ਯੂਨੀਵਰਸਿਟੀ ਆਏ, ਯੂਨੀਵਰਸਿਟੀ ਆ ਕੇ ਅੱਜ ਤਾਂ ਆਪਾਂ ਨੂੰ ਲੱਗਦਾ ਵੀ ਇਹਨਾਂ ਕੁਰਸੀਆਂ 'ਤੇ ਦੇਵ ਖਰੌੜ ਔਰ ਬੀਨੂ ਭਾਅ ਜੀ ਹੋਰੀ ਬੈਠੇ ਨੇ, ਪਰ ਜਿਹੜੀ ਇਸ ਜਰਨੀ ਪਿੱਛੇ ਮਿਹਨਤ ਹੈ, ਅਸੀਂ ਉਹਦੇ ਸਾਕਸ਼ਾਤ ਉਹਦੇ ਗਵਾਹ ਹਾਂ ਕਿ ਕਿੰਨੀ ਮਿਹਨਤ ਇਹਨਾਂ ਨੇ ਕੀਤੀ ਅੱਜ ਇੱਥੇ ਤੱਕ ਪਹੁੰਚਣ ਲਈ। ਸੋ ਥੈਂਕ ਯੂ ਬਾਈ ਮੈਨੂੰ ਇਸ ਟੀਮ ਦਾ ਹਿੱਸਾ ਬਣਾਉਣ ਲਈ, ਅਤੇ ਤੁਹਾਡੇ ਮਾਰਗਦਰਸ਼ਕ ਜਦੋਂ ਇਹੋ ਜਿਹੇ ਹੋਣ ਤਾਂ ਤੁਹਾਨੂੰ ਆਪਦਾ ਟਾਰਗੇਟ ਜ਼ਰੂਰ ਇੱਕ ਦਿਨ ਮਿਲ ਜਾਂਦਾ। ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਥੇ ਆਏ। 8 ਮਾਰਚ ਨੂੰ ਫਿਲਮ ਦੇਖੋ ਜੀ, ਤੁਹਾਨੂੰ ਵੀ ਅਤੇ ਬਾਕੀ ਸਾਰਿਆਂ ਲੋਕਾਂ ਨੂੰ ਪਸੰਦ ਜ਼ਰੂਰ ਆਊਗੀ। ਥੈਂਕ ਯੂ ਸੋ ਮੱਚ। ਹੇਅਰ ਸਟਾਈਲ ਵਧਾਉਣ ਨੂੰ ਹੀ ਮੈਨੂੰ 8-9 ਮਹੀਨੇ ਲੱਗ ਗਏ, ਤਾਂ ਹੀ ਫਿਲਮ ਵੀ ਨਾਲ ਨਾਲ ਸਟੋਰੀ 'ਤੇ ਕੰਮ ਹੁੰਦਾ ਗਿਆ, ਨਾਲ ਨਾਲ ਮੈਂ ਵਾਲਾਂ 'ਤੇ ਕੰਮ ਕਰਦਾ ਰਿਹਾ। ਇਹਦੇ ਵਿੱਚ ਮੇਰੀਆਂ 3 ਲੁੱਕਸ ਨੇ ਜੀ, ਪਰ ਉਹ ਮੈਂ ਹਲੇ ਰਿਵੀਲ ਨਹੀਂ ਕਰ ਸਕਦਾ, ਮਤਲਬ 3 ਡਿਫਰੈਂਟ ਕਰੈਕਟਰ ਨੇ। ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਸੈਮਲ ਭਾਅ ਜੀ ਦੇ ਅੰਡਰ, ਰਜੇਸ਼ ਸ਼ਰਮਾ ਜੀ, ਬਲਰਾਜ ਪੰਡਿਤ ਜੀ, ਇੰਨੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਅੰਡਰ ਮੈਂ ਥੀਏਟਰ ਕੀਤਾ, ਤਾਂ ਥੀਏਟਰ ਤੁਹਾਨੂੰ ਬਹੁਤ ਕੁਛ ਸਿਖਾਉਂਦਾ, ਕਿਉਂਕਿ ਮੈਂ ਬਹੁਤ ਸਾਰੇ ਕਿਰਦਾਰ ਥੀਏਟਰ 'ਤੇ ਕਰਕੇ ਆਇਆ, ਬਜ਼ੁਰਗ ਦਾ ਕਿਰਦਾਰ, ਬੱਚੇ ਦਾ ਕਿਰਦਾਰ, ਹੋਰ ਫਨੀ ਬਾਦਸ਼ਾਹ, ਬਹੁਤ ਕੁਛ ਬਣਿਆ। ਤਾਂ ਮੈਨੂੰ ਇਹ ਸੀ ਕਿ ਜੇ ਮੈਂ ਬਜ਼ੁਰਗ ਦਾ ਕਿਰਦਾਰ ਕਰਾਂ ਤਾਂ ਉਹ ਲੱਗਣਾ ਚਾਹੀਦਾ ਉਹਦੀ। ਫਿਰ ਮੈਂ ਡਬਿੰਗ 'ਚ ਬਹੁਤ ਕੰਮ ਕੀਤਾ, ਆਪਣੀ ਆਵਾਜ਼ ਦੇ ਉੱਤੇ ਬਹੁਤ ਕੰਮ ਕੀਤਾ। ਫਿਰ ਇੱਕ ਕਿਰਦਾਰ ਹੋਰ ਆਉਂਦਾ ਜਿਹੜਾ ਤੁਸੀਂ ਦੇਖਿਆ ਲਾਸਟ ਦੇ ਵਿੱਚ, ਬੜਾ ਉਹ ਹਾਂ ਹਾਂ ਉਹ ਵਾਲਾ ਜੀ, ਉਹ ਟੋਟਲੀ ਡਿਫਰੈਂਟ ਕੀਤਾ, ਉਹੋ ਜਿਹਾ ਕਿਰਦਾਰ ਮੈਂ ਅੱਜ ਤੱਕ ਕਦੇ ਪਲੇਅ ਨਹੀਂ ਕੀਤਾ।
ਅਤੇ ਉਹਦੇ ਲਈ ਮੈਂ ਬਹੁਤ ਨਰਵਸ ਸੀ। ਉਹ ਕਿਰਦਾਰ ਮੈਨੂੰ ਅਸਲ 'ਚ ਡਰਾ ਰਿਹਾ ਸੀਗਾ। ਮੈਨੂੰ ਪਤਾ ਸੀ ਕਿ ਮੈਂ ਗਾਮਾ ਬਲੈਕੀਆ ਦਾ ਜਿਹੜਾ ਯੰਗ ਵਾਲਾ ਕਿਰਦਾਰ ਆ ਉਹ ਮੈਂ ਈਜ਼ੀਲੀ ਪਲੇ ਕਰ ਜੂੰਗਾ ਕਿਉਂਕਿ ਮੈਂ ਕਰਕੇ ਆਇਆ ਪਹਿਲਾਂ। ਫਿਰ ਜਿਹੜਾ ਬਜ਼ੁਰਗ ਵਾਲਾ ਕਿਰਦਾਰ ਆ ਉਹ ਵੀ ਮੈਂ ਪਲੇ ਕਰ ਜੂੰ, ਇੱਕ ਐਟੀਟਿਊਡ ਚਾਹੀਦਾ। ਜਿਹੜਾ ਇਹ ਕਿਰਦਾਰ ਸੀਗਾ ਜਿਹੜਾ ਦੇਖਿਆ ਹਾਲੇ ਤੱਕ ਉਹਦੇ ਅਸੀਂ ਡਾਇਲੋਗ ਨਹੀਂ ਰਿਵੀਲ ਕੀਤੇ, ਉਹ ਬੰਦੇ ਦਾ ਸਟਾਈਲ ਨਹੀਂ ਅਸੀਂ ਰਿਵੀਲ ਕੀਤਾ। ਔਰ ਜਦੋਂ ਉਹ ਆਊਗਾ ਪਰਦੇ ਦੇ ਉੱਤੇ ਉਹ ਮੇਰੇ ਲਈ ਸਭ ਤੋਂ ਚੈਲੈਂਜਿੰਗ ਸੀਗਾ। ਉਹਨੇ ਬਹੁਤ ਡਰਾਇਆ ਮੈਨੂੰ ਕਿਰਦਾਰ ਨੇ। ਔਰ ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਨੇ, ਮੈਂ ਹਰ ਇੰਟਰਵਿਊ 'ਚ ਕਹਿਣਾ ਉਹ ਤੋਂ ਮਿਹਨਤ ਬਹੁਤ ਕਰਾਉਂਦੇ ਨੇ। ਸੋ ਇਸ ਕਿਰਦਾਰ ਨੇ ਮੇਰੇ ਤੋਂ ਮਿਹਨਤ ਬਹੁਤ ਕਰਾਈ। ਔਰ ਜਦੋਂ ਤੁਸੀਂ ਇਹਦਾ ਸਟਾਈਲ ਦੇਖੋਗੇ, ਜਦੋਂ ਇਹ ਡਾਇਲੋਗ ਡਿਲੀਵਰੀ ਦੇਖੋਗੇ ਤਾਂ ਮੈਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਇੰਜੋਏ ਫਿਲਮ ਦੇ ਵਿੱਚ ਇਸ ਕਿਰਦਾਰ ਨੂੰ ਕਰੋਗੇ। ਸੱਟਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਕ ਇਹਦੇ ਵਿੱਚ ਨਾ ਸਾਡਾ ਸੀਗਾ ਐਕਸ਼ਨ ਕਿ ਮੈਂ ਘੋੜਾ ਲੈ ਕੇ ਆਉਣਾ ਟਰੱਕਾਂ ਦੇ ਬਰਾਬਰ, ਤੁਸੀਂ ਦੇਖ ਰਹੇ ਹੋ, ਅਤੇ ਉਹ ਤੋਂ ਛਾਲ ਮਾਰ ਕੇ ਫਿਰ ਟਰੱਕ 'ਤੇ ਜਾਣਾ। ਔਰ ਟਰੱਕ ਦੇ ਵਿੱਚੋਂ ਫਿਰ ਕੀ ਸੀ ਕਿ ਕੈਮਰਾ ਟਰੱਕ ਦੇ ਟਾਇਰ ਨਾਲ ਲੱਗਿਆ ਹੋਇਆ ਸੀਗਾ, ਅਤੇ ਮੈਂ ਟਰੱਕ ਦੀ ਡੋਰ ਦੇ ਵਿੱਚੋਂ ਥੱਲੇ ਲਮਕਿਆ ਹੁੰਦਾ ਬਿਲਕੁਲ। ਫਿਲਮ ਦੇ ਵਿੱਚ ਤੁਸੀਂ ਦੇਖੋਗੇ ਉਹਦੇ ਟਾਇਰ ਦੇ ਬਿਲਕੁਲ ਨਾਲ, ਔਰ ਟਰੱਕ ਚੱਲ ਰਿਹਾ, ਔਰ ਬੰਦੇ ਦਾ ਲੱਤ ਜਿਹੜੀ ਇੱਥੇ ਮੇਰੀ ਗਰਦਨ 'ਤੇ, ਬਹੁਤ ਰਿਸਕੀ ਸੀਗਾ ਉਹ। ਤਾਂ ਮੇਰਾ ਐਕਸ਼ਨ ਡਾਇਰੈਕਟਰ ਮੈਨੂੰ ਕਹਿੰਦਾ ਸੀ ਡੂਪ ਯੂਜ਼ ਕਰੋ ਇਹਦੇ ਲਈ, ਤੁਸੀਂ ਨਾ ਕਰੋ, ਬਹੁਤ ਰਿਸਕੀ ਆ। ਤਾਂ ਮੈਨੂੰ ਖੁਦ ਨੂੰ ਉਦੋਂ ਤੱਕ ਮਜ਼ਾ ਨਹੀਂ ਆਉਂਦਾ, ਮੈਨੂੰ ਲੱਗਦਾ ਕਿ ਯਾਰ ਉਹ ਬਨਾਵਟੀ ਲੱਗਦੀਆਂ ਚੀਜ਼ਾਂ। ਫਿਰ ਐਕਸ਼ਨ ਤੁਸੀਂ ਐਕਟਰ ਕਾਹਦੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਡਰ ਗਏ? ਤਾਂ ਮੈਂ ਖੁਦ ਕੀਤਾ, ਹੈਗਾ ਰਿਸਕ ਸੀਗਾ। ਫਿਰ ਜਿਹੜਾ ਇੱਕ ਫਾਇਰ ਬਾਲ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਤਾਂ ਉਹਦੇ ਵਿੱਚੋਂ ਅੱਗ ਸੀ ਜਿਹੜੀ ਉਹ ਸਿਰ 'ਚ ਡਿੱਗਦੀ ਸੀਗੀ, ਤਾਂ ਮੇਰਾ ਪੂਰਾ ਇੱਥੋਂ ਸਿਰ ਸੜ ਗਿਆ ਸੀਗਾ, ਬਰਨ ਹੋ ਗਿਆ ਸੀ, ਪੈਰ ਸੜ ਗਿਆ ਸੀਗਾ। ਇਹ ਛੋਟੀਆਂ ਮੋਟੀਆਂ ਸੱਟਾਂ ਤਾਂ ਦੇਖੋ ਜੇ ਤੁਸੀਂ ਐਕਸ਼ਨ ਕਰਦੇ ਹੋ, ਪਾਰਟ ਆ ਲਾਈਫ ਦਾ, ਇਹ ਇਕੱਲਾ ਮੇਰੇ ਨਾਲ ਨਹੀਂ ਹੁੰਦਾ, ਜਿਹੜਾ ਵੀ ਬੰਦਾ ਐਕਸ਼ਨ ਕਰਦਾ ਚਾਹੇ ਕੋਈ ਮੇਰੇ ਓਪੋਜ਼ਿਟ ਹੈ, ਉਹਦੇ ਵੀ ਲੱਗ ਜਾਂਦੀਆਂ ਨੇ ਜਦੋਂ ਤੁਸੀਂ ਐਕਸ਼ਨ ਕਰਦੇ ਹੋ। ਮਾੜੀਆਂ ਮੋਟੀਆਂ ਸੱਟਾਂ ਤਾਂ ਚੱਲਦੀਆਂ ਰਹਿੰਦੀਆਂ ਜ਼ਿੰਦਗੀ 'ਚ। ਹਾਂਜੀ, ਬਹੁਤ ਪੋਜ਼ਿਟਿਵ ਮੈਸੇਜ ਹੈ ਜੀ ਇਹ ਉਹਨਾਂ ਲੋਕਾਂ ਦੀ। ਮੈਂ ਤੁਹਾਨੂੰ ਹੁਣ ਥੋੜ੍ਹਾ ਜਿਹਾ ਮੈਂ ਚਲੋ ਤੁਹਾਨੂੰ ਦੱਸਦਾ ਕਿ ਮੈਂ ਜਦੋਂ DSP ਦੇਵ ਕਰ ਰਿਹਾ ਸੀਗਾ, ਉਦੋਂ ਮੈਂ ਉਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਜਿਹੜਾ ਸਾਰਾ ਸ਼ਰਾਬ ਦੇ ਸਿਰ 'ਤੇ ਸਰਵਾਈਵ ਕਰਦਾ। ਤਾਂ ਮੈਂ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਤੁਹਾਡੇ ਬੱਚੇ ਵੀ ਸ਼ਰਾਬ ਕੱਢਦੇ ਆ? ਕਹਿੰਦੇ ਸਾਡਾ ਫਿਊਚਰ ਹੀ ਇਹੀ ਹੈ। ਮੈਂ ਕਿਹਾ ਕੋਈ ਸਕੂਲ ਨਹੀਂ ਜਾਂਦਾ? ਕਹਿੰਦੇ ਨਹੀਂ, ਸਿਸਟਮ ਦੇ ਨਾਲ ਪੰਗਾ, ਪੁਲਿਸ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ। ਅਤੇ ਮੈਂ ਕਿਹਾ ਫਿਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੜ੍ਹਨ ਲਿਖਣ, ਆਫਿਸਰ ਬਣਨ? ਕਹਿੰਦੇ ਸਾਡਾ ਤਾਂ ਇਹੀ ਆ। ਮੈਂ ਪੁੱਛਿਆ ਤੁਸੀਂ ਕਿਉਂ ਕਰਦੇ ਹੋ? ਕਹਿੰਦੇ ਅਸੀਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਉੱਧਰ ਦੇ ਸਰਦਾਰ ਸੀਗੇ, ਸਾਡੇ ਕੋਲ ਜ਼ਮੀਨਾਂ ਸੀ। ਇੱਧਰੋਂ ਜਦੋਂ ਸਾਨੂੰ ਵੰਡ ਤੋਂ ਬਾਅਦ ਇੱਧਰ ਆਏ ਤਾਂ ਜ਼ਮੀਨਾਂ ਮਾੜੀਆਂ ਅਲੋਟ ਹੋਈਆਂ, ਪਾਣੀ ਦੀ ਮਾਰ ਵਾਲੀਆਂ, ਅਤੇ ਹੜ੍ਹ ਆਉਂਦਾ ਸੀ ਅਤੇ ਮਿੱਟੀ ਵੀ ਹੜਾ ਕੇ ਲੈ ਜਾਂਦਾ ਸੀ। ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ। ਨਾਲ ਦੇ ਪਿੰਡ ਬਲੈਕ ਕਰਨ ਲੱਗ ਗਏ, ਜਿਹੜੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਜਦੋਂ ਉਹ ਸਿਸਟਮ ਨੂੰ ਪੁਲਿਸ ਨੂੰ ਪੈਸੇ ਦਿੰਦੇ ਸੀਗੇ ਬਲੈਕ ਕਰਨ ਦੇ, ਸ਼ਰਾਬ ਕੱਢਣ ਦੇ, ਪਾਕਿਸਤਾਨ ਤੱਕ ਸ਼ਰਾਬ ਜਾਂਦੀ ਸੀ। ਤਾਂ ਫਿਰ ਉਹ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਬੰਦੇ ਤਾਂ ਦੇਖੋ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ, ਦਿਖਾਉਣਾ ਪੈਣਾ ਕਿਉਂਕਿ ਸ਼ਰਾਬ ਤਾਂ ਨਿਕਲ ਰਹੀ ਹੈ। ਤਾਂ ਉਹ ਫਿਰ ਸ਼ਰਾਬ ਚੱਕਦੇ ਸੀ, ਰਾਤ ਨੂੰ ਜਿਹੜੇ ਸ਼ਰੀਫ ਬੰਦੇ ਸੀ ਉਹਨਾਂ ਦੇ ਘਰਾਂ 'ਚ ਰੱਖ ਜਾਂਦੇ ਸੀ, ਉਹਨਾਂ ਦੇ ਪਰਚੇ ਪੈਂਦੇ ਸੀ। ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਜ਼ਮੀਰ ਮਾਰੇ 'ਤੇ ਕੰਮ ਦੇ ਵਿੱਚ ਆ ਗਏ। ਔਰ ਇਹ ਇਹੋ ਜਿਹੇ ਬੰਦੇ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਲੋਂ ਬਲੈਕ ਨਾਂ ਦਾ ਸ਼ਬਦ ਖਤਮ ਕਰਨਾ ਚਾਹੁੰਦਾ। ਉਹ ਚਾਹੁੰਦਾ ਕਿ ਮੇਰੀ ਜਨਰੇਸ਼ਨ ਤੋਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਵੇ ਉਹ ਜਨਰੇਸ਼ਨ ਕਦੇ ਬਲੈਕ ਦਾ ਕੰਮ ਹੀ ਨਾ ਕਰੇ, ਉਹ ਪੜ੍ਹਨ ਲਿਖਣ, ਡਾਕਟਰ ਬਣਨ, ਆਫਿਸਰ ਬਣਨ। ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਹੈ। ਅਤੇ ਉਹ ਜਦੋਂ ਇਹ ਕਰਦਾ ਉਹਦੇ ਹੀ ਲੋਕ ਉਹਦੇ ਕਿਵੇਂ ਅਗੇਂਸਟ ਹੋ ਜਾਂਦੇ ਨੇ। ਇੱਕ ਚੰਗੀ ਕਹਾਣੀ ਹੈ ਔਰ ਮੈਂ ਹਾਲੇ ਰਿਵੀਲ ਨਹੀਂ ਕਰਨਾ ਚਾਹੁੰਦਾ ਚੀਜ਼ਾਂ ਨੂੰ। ਬਹੁਤ ਕੁਛ ਹੈ, ਬਹੁਤ ਛੋਟੇ ਛੋਟੇ ਮੁੱਦੇ ਛੂਏ ਗਏ ਨੇ, ਔਰ ਪਰ ਇੰਟਰਟੇਨਿੰਗ ਫਿਲਮ ਹੈ। ਚਾਹੇ ਤੁਸੀਂ ਐਕਸ਼ਨ ਨੂੰ ਵੀ ਇੰਜੋਏ ਕਰੋਗੇ, ਕੌਮੇਡੀ ਬਹੁਤ ਹੈ,
ਜਿਹੜੀ ਲੋਕਾਂ 'ਚੋਂ ਨਿਕਲਦੀ ਆ, ਇਹ ਨਹੀਂ ਧੱਕੇ ਦੀ ਕੋਮੇਡੀ ਨਹੀਂ, ਜਿਹੜੇ ਬਲੈਕ ਕਰਦੇ ਨੇ ਲੋਕ, ਅਨਪੜ੍ਹ ਲੋਕ ਜਿਹੜੇ ਵਿਚਾਰੇ ਨਹੀਂ ਪੜ੍ਹੇ ਹੋਏ, ਉਹਨਾਂ ਲੋਕਾਂ ਦੀ ਬੋਡੀ ਲੈਂਗੁਏਜ 'ਚੋਂ ਕੋਮੇਡੀ ਨਿਕਲਦੀ ਆ। ਉਹ 'ਚ ਸੁੱਖੀ ਚਾਲ ਭਾਅ ਜੀ ਨੇ ਬਹੁਤ ਸੋਹਣਾ ਕੰਮ ਕੀਤਾ, ਸੈਮੋਲ ਭਾਅ ਜੀ ਨੇ ਬਹੁਤ ਸੋਹਣਾ, ਇਹਨਾਂ ਦੋਵਾਂ ਦੀ ਕੈਮਿਸਟਰੀ ਤੁਸੀਂ ਰਾਜ ਭਾਈ ਅਤੇ ਜਦੋਂ ਸੈਮੋਲ ਭਾਅ ਜੀ ਦੇਖੋਗੇ ਤਾਂ ਕਮਾਲ ਦੀ ਕੈਮਿਸਟਰੀ ਹੈ। ਲੱਕੀ ਨੇ ਬਹੁਤ ਸੋਹਣਾ ਪਲੇਅ ਕੀਤਾ, ਲੱਕੀ ਤੁਹਾਨੂੰ ਪੂਰਾ ਇੰਟਰਟੇਨ ਕਰਨ ਵਾਲਾ ਇਸ ਫਿਲਮ ਦੇ ਵਿੱਚ। ਅਤੇ ਔਰ ਮੈਂ ਇੱਕ ਗੱਲ ਬੋਲਣਾ ਚਾਹੁੰਦਾ, ਚਲੋ ਰਾਜਿੰਦਰ ਭਾਈ ਬਹੁਤ ਸੋਹਣਾ ਕੰਮ ਕਰ ਰਿਹਾ, ਲੱਕੀ ਨੂੰ ਵੀ ਤੁਸੀਂ ਦੇਖਿਆ, ਮੈਂ ਦੋ ਸਪੈਸ਼ਲ ਆ ਦੋ ਬੰਦਿਆਂ ਲਈ ਗੱਲ ਕਰਨੀ ਚਾਹੁੰਦਾ, ਔਰ ਜੱਗੀ ਧੂਰੀ ਨੂੰ ਤੁਸੀਂ ਡਿਫਰੈਂਟ ਕਿਰਦਾਰ ਦੇ ਵਿੱਚ ਦੇਖੋਗੇ, ਔਰ ਸੈਮੋਲ ਭਾਅ ਜੀ, ਸੈਮੋਲ ਭਾਅ ਜੀ ਮੈਨੂੰ ਲੱਗਦਾ ਇਹ ਤੋਂ ਵੱਧ ਡਿਮਾਂਡਿੰਗ ਐਕਟਰ ਹੋਣ ਵਾਲੇ ਨੇ ਪੰਜਾਬੀ ਇੰਡਸਟਰੀ ਦੇ। ਪਰਮਵੀਰ ਭਾਈ ਲਈ ਵੀ ਮੇਰੇ ਸੇਮ ਅਵਾਰਡ ਨੇ ਇਹਨਾਂ ਦੋ ਬੰਦਿਆਂ ਲਈ। ਜਿਹੜੇ ਚੰਗੇ ਲੱਗਣ, ਡੀਲ ਡੋਲ ਵਧੀਆ, ਪਰ ਐਕਟਰ ਕਮਾਲ ਦੇ ਹੁਣ, ਡੀਲ ਡੋਲ ਵਾਲੇ ਤਾਂ ਹੈਗੇ ਬਟ ਉਹ ਐਕਟਰ ਨਹੀਂ ਹੁੰਦੇ, ਸਾਨੂੰ ਐਕਟਰ ਵੀ ਚਾਹੀਦੇ ਨੇ, ਪਰਫਾਰਮਰ ਵੀ ਚਾਹੀਦੇ ਨੇ, ਤਾਂ ਇਹੋ ਜਿਹੇ ਐਕਟਰ ਸਾਨੂੰ ਚਾਹੀਦੇ ਨੇ। ਕੁਛ ਕੁ ਨਹੀਂ ਹੁੰਦਾ ਉਹਨਾਂ ਦਾ ਬਜਟ, ਉਹਨਾਂ ਦਾ ਆਪਦਾ 100 ਕਰੋੜ ਤੋਂ ਉੱਪਰ ਹੁੰਦਾ ਬਜਟ, ਸਾਡੀਆਂ ਮੇਰੇ ਖਿਆਲ 'ਚ 100 ਫਿਲਮਾਂ ਬਣ ਜਾਣ ਜਿੰਨੀ ਇੱਕ ਫਿਲਮ ਬਣਾਉਂਦੇ ਨੇ ਉਹ ਬਜਟ ਦੀਆਂ। ਡਾਕੂਆਂ ਦਾ ਮੁੰਡਾ ਪਹਿਲੇ 3 ਦਿਨ ਜਦੋਂ ਤੱਕ ਸੀਗਾ ਉਹ 1 ਕਰੋੜ ਤੋਂ ਉੱਤੇ ਸੀ 3 ਦਿਨ ਤੋਂ, ਐਡੀ ਮੰਦਭਾਗੀ ਘਟਨਾ ਹੋਈ ਕਿ ਲੋਕ ਗਏ ਹੀ ਨਹੀਂ ਹੈਗੇ, ਹੈ ਨਾ, ਸਾਡਾ ਵੀ ਦਿਲ ਨਹੀਂ ਕੀਤਾ ਖੁਦ ਫਿਲਮ ਬਾਰੇ ਜਾਣਨ ਲਈ। ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਫਿਲਮ ਨੂੰ ਵੱਡਾ ਹੀ ਤਾਂ ਬਣਾਇਆ ਕਿ ਇਹਨੂੰ ਹਰ ਤਰ੍ਹਾਂ ਦੀ ਆਡੀਅੰਸ ਦੇਖੇ। ਹੁਣ ਅਸੀਂ ਦਿੱਲੀ ਪ੍ਰਮੋਟ ਕਰਨ ਜਾਵਾਂਗੇ ਫਿਲਮ, ਗੁੜਗਾਓਂ ਦੀ ਆਡੀਅੰਸ ਨੂੰ ਜਦੋਂ ਅਸੀਂ ਇਹ ਸਿਨੇਮਾ ਦਿਖਾਵਾਂਗੇ ਤਾਂ ਕਿਉਂ ਨਹੀਂ ਦੇਖਣਗੇ, ਅਸੀਂ ਵੀ ਸਾਊਥ ਦਾ ਸਿਨੇਮਾ, ਸਾਊਥ ਦੀ ਲੈਂਗੁਏਜ ਸਾਨੂੰ ਨਹੀਂ ਪਤਾ ਸੀਗੀ, ਤਾਂ ਉਹ ਵੀ ਸਾਨੂੰ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਅੱਜ ਉਹਨਾਂ ਦੇ ਹੀਰੋਜ਼ ਦੇ, ਉਹਨਾਂ ਦੇ ਐਕਟਰਾਂ ਦੇ ਨਾਮ ਜਾਣਦੇ ਹਾਂ ਅਸੀਂ, ਕਿਉਂਕਿ ਉਹਨਾਂ ਦੀ ਮੇਕਿੰਗ, ਉਹਨਾਂ ਦਾ ਸਿਨੇਮਾ ਸਾਨੂੰ ਖਿੱਚ ਕੇ ਲੈ ਕੇ ਆਇਆ ਕਿ ਅਸੀਂ ਵੀ। ਪਰ ਇਹ ਹੈ ਸਭ ਤੋਂ ਵੱਡੀ ਗੱਲ, ਜਿਵੇਂ ਪਹਿਲਾਂ ਬਿੰਨੂ ਬਾਈ ਜੀ ਨੇ ਕਿਹਾ ਸੀ ਕਿ ਬਹੁਤ ਘੱਟ ਬਜਟ ਦੇ ਵਿੱਚ ਟੈਕਨੀਕਲ ਟੀਮ ਐਡੀ ਵਧੀਆ ਹਾਇਰ ਕੀਤੀ ਕਿ ਅਸੀਂ ਤੁਹਾਨੂੰ ਉਹਦੇ ਬਰਾਬਰ ਤਾਂ ਨਹੀਂ ਜਾ ਸਕਦੇ ਪਰ ਨੇੜੇ ਤੇੜੇ ਦਾ ਸਿਨੇਮਾ ਜ਼ਰੂਰ ਦੇਖਣ ਲੱਗਤਾ। ਜਿਵੇਂ ਜਿਵੇਂ ਵੱਡੀਆਂ ਕਮਾਈਆਂ ਸਿਨੇਮਾ ਕਰੂਗਾ ਜਾਂ ਬਾਹਰ ਤੋਂ ਪ੍ਰੋਡਿਊਸਰਾਂ ਦੀ ਜੇਬ 'ਚ ਚੰਗੇ ਪੈਸੇ ਆਉਣਗੇ ਤਾਂ ਇੱਕ ਦਿਨ ਅਸੀਂ ਵੀ ਸਾਊਥ ਦੇ ਨੇੜੇ ਪਹੁੰਚਾਂਗੇ, ਬਰਾਬਰ ਜਾਵਾਂਗੇ। ਮੇਰਾ ਸਭ ਤੋਂ ਘੱਟ ਹੁੰਦਾ ਵੀਰੇ, ਬਾਕੀਆਂ ਦੇ 10-10 ਕਰੋੜ ਹੁੰਦੇ ਨੇ ਸਾਡੀ, ਮੇਰੀ ਤਾਂ ਮੈਨੂੰ ਲੱਗਦਾ 5-6 ਕਰੋੜ 'ਚ ਹੀ ਬਣ ਜਾਂਦੀ ਹੈ। ਭਾਜੀ ਪਹਿਲੀ ਫਿਲਮ ਹੈ ਜੀ ਅਤੇ ਮੈਂ ਵੱਧ ਪੈਸੇ ਲਵਾਏ ਨੇ ਕੁਛ ਲੋਰੀ ਸਾਹਿਬ ਤੋਂ। ਦੇਵ ਭਾਈ ਦੇ ਨਾ ਇੱਕ ਖਾਸੀਅਤ ਹੈਗੀ ਹੈ, ਇਹ ਪਤਾ ਕੀ ਹੈ, ਇਹ ਪ੍ਰੋਡਿਊਸਰ ਨਾਲ ਆਪਣੀ ਫੀਸ ਦੀ ਵੀ ਐਡਜਸਟਮੈਂਟ ਕਰਦੇ ਔਰ ਮੇਕਰ ਟੂ ਮੇਕਰ ਫਰਕ ਹੈ। ਜਿਹਨਾਂ ਨੂੰ ਲੱਗਦਾ ਕਿ ਯਾਰ ਇਹ ਮੇਕਰ ਪੈਸਾ ਫਿਲਮ, ਇਹ ਫਿਲਮ ਡਿਮਾਂਡ ਕਰ ਰਹੀ, ਉਹ ਰੀ ਸਾਹਿਬ ਪੈਸਾ ਲਗਾਓ, ਮੈਂ ਕੋਈ ਨਹੀਂ ਤੁਹਾਡੇ ਨਾਲ ਖੜਾ, ਉਹ ਇੱਕ ਸ਼ਬਦ ਹੀ ਨਾ ਮਤਲਬ ਉਹ ਮੋਟੀਵੇਟ ਕਰ ਦਿੰਦਾ ਔਰ ਫਿਰ ਮੇਰੇ ਕੋ ਰੁਕ ਮਨਾ ਹੀ ਨਹੀਂ ਕਰ ਹੁੰਦਾ ਕਿ ਦੇ ਭਾਈ ਦੇਖੋ ਕਹਿੰਦੇ ਆ, ਕਿਉਂਕਿ ਇਹਨਾਂ ਦਾ ਵਿਜ਼ਨ ਬਹੁਤ ਦੂਰ ਤੱਕ ਹੈਗਾ। ਮੇਰੀ ਨਾ ਇੱਕ ਸੋਚ ਹੈ, ਮੈਂ ਇਹ ਸੋਚਦਾ ਕਿ ਮੇਰੇ ਕੋਲ ਹੋਰ ਕੋਈ ਰੁਜ਼ਗਾਰ ਹੈ ਵੀ ਨਹੀਂ ਹੈ, ਮੇਰਾ ਪੈਸ਼ਨ ਹੈ ਸਿਨੇਮਾ ਕਰਨਾ ਔਰ ਚੰਗੀਆਂ ਫਿਲਮਾਂ ਬਣਾਉਣਾ, ਚੰਗੀਆਂ ਸਟੋਰੀਆਂ ਦੀ ਭਾਲ 'ਚ ਰਹਿਣਾ, ਆਲਵੇਜ਼ ਇਹ ਇੱਕ ਪੈਸ਼ਨ ਹੈ ਮੇਰਾ, ਕਿਉਂਕਿ ਅਸੀਂ ਸ਼ੁਰੂ ਤੋਂ ਥੀਏਟਰ ਨਾਲ ਜੁੜੇ ਰਹੇ ਹਾਂ ਔਰ ਸਿਨੇਮਾ ਜਦੋਂ ਤੁਹਾਡੀ ਲਾਸਟ ਸਟੇਜ ਨੂੰ ਤੁਸੀਂ ਜਾਣਾ ਪਰਦੇ 'ਤੇ ਹੀ ਹੁੰਦਾ। ਸੋ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਅਤੇ ਮੇਰਾ ਇਹ ਹੁੰਦਾ ਕਿ ਜੇ ਮੇਰਾ ਪ੍ਰੋਡਿਊਸਰ ਬਚਿਆ ਰਹੂਗਾ, ਜਿਉਂਦਾ ਰਹੂਗਾ, ਤਾਂ ਉਹ ਮੇਰੇ ਲਈ ਮੇਰਾ ਸਿਨੇਮਾ ਬਣਾਊਗਾ। ਇਸੇ ਕਰਕੇ ਸਾਨੂੰ ਪੰਜਾਬੀ ਇੰਡਸਟਰੀ ਨੂੰ ਜਿਹੜੇ ਚੰਗੇ ਪ੍ਰੋਡਿਊਸਰ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ, ਬਿਨਾਂ ਮਤਲਬ ਪੈਸਾ ਨਹੀਂ ਲਵਾਉਣਾ ਚਾਹੀਦਾ ਕਿ ਇੱਥੇ ਵੀ ਲਾ ਦਿਉ, ਉੱਥੇ ਵੀ ਲਾ ਦਿਉ, ਜਾਂ ਮੈਨੂੰ ਫਲਾਣੇ ਮੇਰੇ ਨਾਲ 15-15 ਬੰਦੇ ਨੇ ਸਾਰਿਆਂ ਦੇ ਰੂਮ ਕਰਾ ਦਿਉ। ਪ੍ਰੋਡਿਊਸਰ ਵਿਚਾਰਾ ਮਜਬੂਰ ਹੋਇਆ ਕਰਦਾ ਇਹ ਚੀਜ਼ਾਂ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਸਟਾਰਟਿੰਗ ਜਦੋਂ ਪੰਜਾਬੀ ਇੰਡਸਟਰੀ ਸਟਾਰਟ ਹੋਈ ਸੀਗੀ, ਬਹੁਤ ਵੱਡੇ ਵੱਡੇ ਪ੍ਰੋਡਿਊਸਰ ਆਏ, ਬਹੁਤ ਵੱਡੇ ਵੱਡੇ, ਜਿਹੜੇ ਅਸੀਂ ਖੁਦ ਖਤਮ ਕੀਤੇ।
ਜੇ ਅਸੀਂ ਪ੍ਰੋਡਿਊਸਰ ਸੰਭਾਲ ਕੇ ਰੱਖਾਂਗੇ ਸਾਡਾ ਸਿਨੇਮਾ ਚੱਲਦਾ ਰਹੂਗਾ, ਕਿੰਨੇ ਲੱਖਾਂ ਲੋਕਾਂ ਨੂੰ ਸਾਡੀ ਜਿਹੜੀ ਇੰਡਸਟਰੀ ਹੈ ਉਹ ਰੁਜ਼ਗਾਰ ਦਿੰਦੀ ਹੈ। ਸੋ ਇਸ ਕਰਕੇ ਸਾਨੂੰ ਸਾਡੇ ਪ੍ਰੋਡਿਊਸਰ ਬਚਾ ਕੇ ਰੱਖਣੇ ਬਹੁਤ ਜ਼ਰੂਰੀ ਹੈ। ਐਕਚੁਲੀ ਨਾ ਪੰਜਾਬੀ ਫਿਲਮਾਂ 'ਚ ਦੋ ਤਰ੍ਹਾਂ ਦੇ ਪੈਸੇ ਲੱਗਦੇ, ਇੱਕ ਹੈਗਾ ਕੈਮਰੇ ਦੇ ਇਸ ਪਾਸੇ ਜਿਹੜਾ ਕਿ ਸਕਰੀਨ ਦੇ ਵਿੱਚ ਆਡੀਅੰਸ ਨੂੰ ਦਿਖੇ, ਇੱਕ ਹੈਗਾ ਕੈਮਰੇ ਦੇ ਪਿੱਛੇ ਜਿਹੜਾ ਕਿ ਆਮ ਜਨਤਾ ਨੂੰ ਜਾਂ ਕਿਸੇ ਨੂੰ ਵੀ ਦਿਖਦਾ ਨਹੀਂ ਹੈਗਾ। ਬਹੁਤ ਸਾਰਾ ਵੇਸਟ ਆਫ ਮਨੀ ਹੁੰਦਾ ਹੈਗਾ ਔਰ ਉਹ ਹਰ ਫਿਲਮਾਂ ਦੇ ਵਿੱਚ ਹੁੰਦਾ, ਸਾਡੇ ਵੀ ਹੁੰਦਾ, ਬਟ ਦੇਵ ਬਾਈ ਦੀ ਫਿਲਮਾਂ 'ਚ ਇੱਕ ਖਾਸੀਅਤ ਹੈ, ਉਹ ਮੇਕਿੰਗ ਦੇ ਵਿੱਚ ਤਾਂ ਕੰਪਰੋਮਾਈਜ਼ ਨਹੀਂ ਹੋਣ ਦਿੰਦੇ। ਉਹ ਕਹਿੰਦੇ ਪਿਛਲੇ ਬੈਕ ਲਾਈਨ 'ਤੇ, ਈਵਨ ਕਈ ਐਕਟਰ ਮੇਰੇ ਨਾਲ ਬੈਠੇ ਇੱਥੇ, ਕਈ ਬਹੁਤ ਐਕਸ ਅਮਾਊਂਟ ਮੰਗਦੇ, ਵਾਈ ਮੰਗਦੇ, ਮੈਂ ਕਹਿੰਦਾ ਦੇਵ ਬਾਈ ਹੈਲਪ ਕਰੋ ਮੇਰੀ, ਇਹ ਆਪ ਫੋਨ ਕਰਦੇ ਸੀਗੇ ਬਾਈ ਇਹ ਮੇਰੀ ਫਿਲਮ ਹੈ ਔਰ ਹੀ ਸਭ ਨੂੰ ਆਪਾਂ ਹੈਲਪ ਕਰਨੀ ਹੈ, ਇਹ ਫਿਲਮ ਇੰਨੇ ਨਹੀਂ ਇੰਨੇ ਪੈਸੇ ਦੇ ਕਰੋ। ਬਹੁਤ ਜਗ੍ਹਾ ਐਜ਼ ਏ ਪ੍ਰੋਡਿਊਸਰ ਫਰੈਂਡਲੀ, ਪ੍ਰੋਡਿਊਸਰ ਸਪੋਰਟਿਵ ਔਰ ਸਮਝਦੇ ਆ ਪ੍ਰੈਕਟੀਕੈਲਿਟੀ ਨੂੰ ਕਿ ਜੇ ਕਮਾ ਲਾਂਗੇ ਅਗਲੀ ਫਿਲਮ 'ਚ ਔਰ ਹੀ ਸਭ ਨੇ ਕਿਹੜੇ ਕਰ ਲੈ ਜਾਣੇ, ਔਰ ਹੀ ਸਭ ਨੇ ਅਗਲੀ ਫਿਲਮ ਅਨਾਊਂਸਮੈਂਟ ਨਾਲ ਕਰ ਹੀ ਦੇਣੀ ਹੈ, ਅਤੇ ਇਸ ਕਰਕੇ ਅਸੀਂ ਇਹਨਾਂ ਦੀ ਵਿਸ਼ਵਾਸ ਕਰਦੇ ਸਭ ਤੋਂ ਵੱਡੀ। ਸਾਰਾ ਦੇਖੋ ਜੀ ਕੰਮ ਹੈ ਨਾ ਜਿਹੜਾ ਪੈਸੇ ਲਈ ਵੀ ਹੋਣਾ ਚਾਹੀਦਾ, ਪਰ ਸਭ ਤੋਂ ਵੱਡੀ ਗੱਲ ਹੈ ਰਿਸਪੈਕਟ ਦਵਾਵੇ ਤੁਹਾਨੂੰ ਕੰਮ, ਰਿਸਪੈਕਟ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸੋ ਸੋਚ ਹੈ ਉਸੇ ਸੋਚ ਨਾਲ ਸਾਰੇ ਸਪੋਰਟ ਕਰਦੇ ਆ। ਸੋ ਸਾਰਿਆਂ ਦਾ ਇੱਕ ਵਾਰ ਫਿਰ ਥੈਂਕਸ। ਮੈਂ ਸੈਮਲ ਭਾਅ ਜੀ ਨੂੰ ਕਿਹਾ ਮੈਂ ਭਾਅ ਜੀ ਫਿਲਮ ਕਰਨੀ ਆ, ਭਾਅ ਜੀ ਨੇ ਕੁਛ ਨਹੀਂ ਪੁੱਛਿਆ, ਕਹਿੰਦਾ ਮੈਨੂੰ ਪੈਸੇ ਵੀ ਨਾ ਦੇਣ ਮੈਂ ਤਾਂ ਵੀ ਕਰੂੰਗਾ ਹੁਣ। ਸੋ ਰਾਜ, ਲੱਕੀ ਸਾਰੇ ਸਪੋਰਟਿਵ ਨੇ ਭਰਾ ਜੀ ਨੇ। ਮੈਂ ਪੈਸੇ ਮੰਗ ਰਿਹਾ ਸੀ, ਅਸਲ ਪਤਾ ਕੀ ਚੱਕਰ ਹੈ, ਮੈਂ ਸਾਰੀ ਉਮਰ ਥੀਏਟਰ 'ਚ ਗਾਲਤੀ, ਹੁਣ ਮੈਨੂੰ ਇਸ ਵੀ ਚਲੋ ਘਰ ਬਾਰ ਜਾ ਬਣਾਉਣੇ ਯਾਰ, ਫਿਲਮਾਂ ਵਾਲਿਆਂ ਤੋਂ ਪੈਸੇ ਲਵਾਂਗੇ। ਬੜੇ ਸਪਸ਼ਟ ਮਸਲਾ ਹੈ, ਉਰੀ ਸਾਹਿਬ ਵੀ ਅੜ ਗਏ, ਮੈਂ ਵੀ ਅੜ ਗਿਆ। ਇਹਨਾਂ ਨੂੰ ਮੈਂ ਦੇਵ ਦਾ ਫੋਨ ਆ ਗਿਆ, ਕਹਿੰਦੇ ਭਾਅ ਜੀ ਆ ਫਿਲਮ ਕਰਨੀ ਹੈ। ਮੈਂ ਕਿਹਾ ਚਲੋ ਓਕੇ। ਉਦੋਂ ਬਾਅਦ ਹੋਰੀ ਸਾਹਿਬ ਆਪਣੀ ਕਦੇ ਕੋਈ ਗੱਲ ਨਹੀਂ ਹੋਈ, ਕਿਉਂਕਿ ਤੁਹਾਡਾ ਨਹੀਂ ਜ਼ਿਕਰ ਕੀਤਾ। ਨਹੀਂ ਨਹੀਂ ਉਹ ਮੈਂ ਉਹਦਾ ਦੇਵ ਬਾਈ ਤੋਂ ਭਾਈ ਇਕੱਲੇ ਤੁਹਾਡੇ ਨਹੀਂ, ਚਾਹੇ ਡਾਇਰੈਕਟਰ ਦੀ ਫੀਸ ਲੈ ਲਓ, ਚਾਹੇ ਕੋਈ ਐਕਸ਼ਨ ਮਾਸਟਰ, ਜਿੱਥੇ ਮੈਨੂੰ ਪਤਾ ਮੈਂ ਮੇਰਾ ਬਜਟ ਐਕਸੀਡ ਕਰ ਰਿਹਾ, ਕਿਉਂਕਿ ਜੇ ਮੈਂ ਸਰਵਾਈਵ 12 ਸਾਲ ਤੋਂ ਕਰ ਰਿਹਾ ਮੈਂ ਕੋਸਟ ਨਹੀਂ ਉੱਪਰ ਜਾਣ ਦੇ ਸਕਦਾ, 10-20% ਮੈਨੇਜ ਹੋ ਸਕਦੀ। ਜੇ ਮੈਂ 5-6 ਕਰੋੜ ਦੀ ਫਿਲਮ ਨੂੰ 8-9 ਕਰੋੜ 'ਚ ਬਣਾ ਦੂੰਗਾ, 2 ਕਰੋੜ ਪਹਿਲੇ ਹੀ ਲੋਸ ਹੈ, ਤਾਂ ਫਿਰ ਬਾਅਦ 'ਚ ਆਪਾਂ ਇੰਡਸਟਰੀ ਨੂੰ ਬਲੇਮ ਕਰਦੇ ਯਾਰ ਇਹ ਫਿਲਮ ਲਾਈਨ ਨਹੀਂ ਵਧੀਆ। ਉਹ ਗੱਲ ਮਿਲ ਕੇ ਹੋ ਜੇ ਬਹੁਤ ਵਧੀਆ ਹੁੰਦਾ। ਹਾਂ ਇੱਕ ਗੱਲ ਹੈ, ਤੁਹਾਨੂੰ ਇਹ ਗੱਲ ਸ਼ਰਮ ਨਹੀਂ ਸੀ ਕਰਨੀ ਚਾਹੀਦੀ ਕਿ ਦੇਵ ਐਕਟਰਾਂ ਨੂੰ ਫੋਨ ਕਰਦਾ ਤਾਂ ਪੈਸੇ ਛੱਡਦੇ। ਹੋ ਸਕਦਾ ਅਗਲੀ ਵਾਰ ਕੋਈ ਐਕਟਰ ਮੇਰਾ ਫੋਨ ਹੀ ਨਾ ਚੱਕੇ, ਪੈਸੇ ਕਢਾਊਗਾ, ਇਹ ਪੈਸੇ ਕਢਵਾਊਗਾ, ਫੋਨ ਆ ਗਿਆ। ਨਹੀਂ ਇਹ ਟੀਮ ਹੁੰਦੀ, ਟੀਮ ਵਰਕ ਹੈ, ਮੈਂ ਤਾਂ ਤੁਹਾਨੂੰ ਕਹਾਂ ਸਭ ਤੋਂ ਜੇ ਫਿਲਮ ਬਣੀ ਹੈ, ਅਰੁਸ਼ੀ ਦਾ ਵੀ ਪੂਰਾ ਯੋਗਦਾਨ ਹੈ, ਜਪਜੀ ਦਾ ਵੀ ਪੂਰਾ ਯੋਗਦਾਨ ਹੈ, ਜੱਗੀ ਬਾਈ ਦਾ ਵੀ ਹੈ, ਉਦੋਂ ਰਾਜ ਦਾ ਵੀ ਹੈ, ਸਾਰੀ ਟੀਮ ਦਾ ਹੈ, ਨਵਨੀਤ ਦਾ। ਇਹ ਇਕੱਲੀ ਫਿਲਮ ਮੈਂ ਜਨ ਕਹਾਂ ਕਿ ਇਕੱਲੇ ਓਰੀ ਸਾਹਿਬ ਦੇ ਕਰਕੇ ਨਹੀਂ ਬਣਦੀ, ਮੇਰੀ ਫੈਮਿਲੀ ਦਾ, ਮੇਰੀ ਵਾਈਫਸ ਦਾ, ਕਿਉਂ ਮੈਂ ਪੈਸੇ ਸਾਰੇ ਸੇਵਿੰਗ ਇਹ ਉਹ ਸਭ ਕੱਢ ਕੇ ਇੱਥੇ ਲਗਾ ਦਿੰਦਾ, ਅਤੇ ਜੁੜੇ ਵੀ ਹੁੰਦੇ, ਅਤੇ ਸੰਚਿਤ ਦਾ ਬੇਟੇ ਦਾ, ਸਾਰੀ ਟੀਮ ਦਾ ਬਹੁਤ ਯੋਗਦਾਨ ਹੈ, ਅਤੇ ਤਦੀ ਫਿਲਮ ਬਣਦੀ। ਅਗਲੇ ਸਵਾਲ ਆਪਾਂ ਕਰ ਲਈਏ ਜੀ ਹੁਣ। ਜਿਹੜਾ ਵਿੱਚ ਸੁਣਦੇ ਨੇ ਕਿ ਪੀਸ ਵੱਜਦਾ ਸੈਕਸੋਫੋਨ ਦਾ, ਉਹ ਮੇਰਾ ਸੀਗਾ ਚੋਇਸ। ਮੈਂ ਨਵਨੀਤ ਬਾਈ ਨੂੰ ਕਿਹਾ, ਮੈਂ ਕਿਹਾ ਮੈਨੂੰ ਨਾ ਉਹ ਅਮਿਤਾਭ ਬੱਚਨ ਦੀ ਡੌਨ ਫਿਲਮ 'ਚ ਵੱਜਦਾ ਇਹ, ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਤੋਂ ਇੰਸਪਾਇਰਡ ਅਸੀਂ ਲਿਆ। ਮੈਂ ਕਿਹਾ ਯਾਰ ਮੈਨੂੰ ਉੱਦਾਂ ਦਾ ਮਿਊਜ਼ਿਕ ਚਾਹੀਦਾ, ਕਿਉਂਕਿ 70 ਦੇ ਦੌਰ ਦੀ ਫਿਲਮ ਹੈ ਤਾਂ ਮਿਊਜ਼ਿਕ ਵੀ ਤੁਹਾਨੂੰ ਉਸ ਐਰਾ ਦੇ ਵਿੱਚ ਲੈ ਕੇ ਜਾਵੇ, ਉਹ ਅੱਜ ਵਾਲਾ ਮਿਊਜ਼ਿਕ ਨਹੀਂ ਹੋਣਾ ਚਾਹੀਦਾ ਅੱਜ, ਕਿਉਂਕਿ ਕਹਾਣੀ 1970 ਤੋਂ ਲੈ ਕੇ 2024 ਦੀ ਗੱਲ ਕਰਦੀ ਹੈ।
ਟਰੈਵਲ ਕਰਦੀ ਆ ਉੱਥੇ ਤੱਕ ਆਉਂਦੀ ਹੈ ਕਹਾਣੀ, ਕਰੈਕਟਰ ਉੱਥੇ ਤੱਕ ਆਉਂਦੇ ਆ, ਤਾਂ ਮਿਊਜ਼ਿਕ ਵੀ ਨਾਲ ਨਾਲ ਚੇਂਜ ਹੋਈ ਜਾਊਗਾ ਫਿਲਮ ਦਾ, ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ। ਔਰ ਕਾਫੀ ਇੱਕ ਇੱਕ ਚੀਜ਼ ਦੇ ਉੱਤੇ ਅਸੀਂ ਵਰਕ ਕਰਕੇ ਫਿਰ ਇਹ ਫਿਲਮ ਨੂੰ ਘੱਟੋ ਘੱਟ, ਨਹੀਂ ਤਾਂ ਸਾਡੇ ਹੁੰਦਾ ਕਿ ਯਾਰ ਕਹਾਣੀ ਲਿਖੀ ਗਈ 6 ਮਹੀਨੇ, 3 ਮਹੀਨੇ, 3 ਮਹੀਨੇ ਵੀ ਨਹੀਂ ਕੋਈ ਦਿੰਦਾ ਅੱਜ ਕੱਲ੍ਹ, 1.5 ਮਹੀਨੇ 'ਚ ਕਹਿੰਦੇ ਨੇ ਜੀ ਡਰਾਫਟ, ਘੱਟੋ ਘੱਟ ਸਾਲ ਤੋਂ ਉੱਤੇ ਦਾ ਟਾਈਮ ਅਸੀਂ ਕਹਾਣੀ 'ਤੇ ਲਾਇਆ, ਉਹ ਹੀ ਸਾਹਿਬ ਨੂੰ ਪਤਾ ਫਿਰ ਚੀਜ਼ਾਂ ਦਾ, ਫਿਰ ਲੁੱਕਸ ਨੂੰ ਲੈ ਕੇ ਇੱਕ ਇੱਕ ਚੀਜ਼ ਦੇ ਉੱਤੇ, ਕਿਉਂਕਿ ਜਿਹੜੇ ਤੁਹਾਡੇ ਬ੍ਰਾਂਡ ਹੁੰਦੇ ਨੇ ਨਾ, ਜਦੋਂ ਪਹਿਲੀ ਬਲੈਕ ਹੈ ਤਾਂ ਲੋਕਾਂ ਨੂੰ ਬਹੁਤ ਉਮੀਦਾਂ ਨੇ, ਦੂਜੀ ਆਉਂਦੀ ਅਗਲਾ ਕਹਿੰਦਾ ਗੱਲ ਨਹੀਂ ਬਣੀ ਜੀ। ਸੋ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਯਾਰ ਬਾਅਦ ਫੇਰ ਹੈ, ਜੇ ਫਿਲਮ ਦੇਖ ਕੇ ਅਗਲੇ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੁਣ ਜਦੋਂ ਕਿ ਬਹੁਤ ਵੱਡਾ ਚੈਲੰਜ ਹੁੰਦਾ, ਉਹ ਹੁੰਦਾ ਨਹੀਂ ਹੈ, ਬਟ ਅਸੀਂ ਇਹ ਕੋਸ਼ਿਸ਼ ਕਰਕੇ ਫਿਲਮ ਬਣਾਈ ਆ, ਸਾਨੂੰ ਨਹੀਂ ਪਤਾ ਸੀ ਕਿੰਨੇ ਕੁ ਕਾਮਯਾਬ ਹੋਵਾਂਗੇ ਜਾਂ ਹੋਏ ਹਾਂ, ਤੁਸੀਂ ਦੇਖਣ ਤੋਂ ਬਾਅਦ ਕਹਿ ਸਕੋ ਕਿ ਯਾਰ ਹਾਂ ਯਾਰ ਇਹ ਪਹਿਲੀ ਤੋਂ ਵਧੀਆ, ਉਹ ਹੋਊਗਾ ਨਹੀਂ ਹੋਊਗਾ, ਪਰ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਬਣਾਈ ਆ ਕਿ ਲੋਕ ਕਹਿਣੇ ਯਾਰ ਇਹ ਪਹਿਲੀ ਤੋਂ ਵਧੀਆ। ਸਵਾਲ ਉੱਥੋਂ ਵੀ ਲੈ ਲਿਓ, ਪਰ ਜਾਂਦੇ ਜਾਂਦੇ ਤੁਸੀਂ ਨਾ ਦਕਸ਼ ਬਾਈ ਦੀ ਗੱਲ ਜ਼ਰੂਰ ਕਰ ਦਿਓ, ਔਰ ਜਦੋਂ ਦਕਸ਼ ਬਾਈ ਦਾ ਨਾਮ ਆਉਂਦਾ ਹੈ ਨਾ ਮੇਰੇ ਦਿਮਾਗ 'ਚ ਆਉਂਦੀ ਹੈ ਕੈਟ, ਹਨਾ, ਅਤੇ ਕੈਟ ਵਰਗਾ ਮਤਲਬ ਉਹ ਪੰਜਾਬ ਨੂੰ ਦਿਖਾ ਕੇ ਬਹੁਤ ਕੁਛ ਦਿਖਾਈ ਜਾਂਦੇ ਆ, ਟੱਬਰ ਕੈਟ ਹੈਗੀ ਆ ਔਰ ਕੋਹਰਾ ਵੀ ਆ, ਹਨਾ, ਤਾਂ ਉਹ ਵੀ ਕੁਛ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਫਿਲਮ ਬਣਾਈ ਸੀ ਤਾਂ ਅਸੀਂ ਸੋਚਿਆ ਸੀ ਕਿ ਬਲੈਕਿਆ 3 ਲਈ ਸਟਰੋਂਗ ਕੋਈ ਕਲੂ ਛੱਡ ਕੇ ਜਾਈਏ ਜਿਹਦੇ ਨਾਲ ਲੋਕ ਜੁੜਨ ਕੇ ਯਾਰ ਬਲੈਕਿਆ 3 ਵੀ ਬਣੂਗੀ ਦੇਖਾਂਗੇ, ਉਹ ਅਸੀਂ ਛੱਡਿਆ। ਔਰ ਉਹਦੇ ਵਿੱਚ ਇੱਕ ਕਰੈਕਟਰ ਆਇਆ, ਔਰ ਉਹਦੇ ਵਿੱਚ ਅਸੀਂ ਸੀਗਾ ਕਿ ਸਟਰੋਂਗ ਬੰਦੇ ਖੜ੍ਹੇ ਹੋਣ ਅਗਲੀ ਫਿਲਮ ਲਈ, ਉਹ ਜਦੋਂ ਫਿਲਮ ਦੇਖੋਗੇ ਉਦੋਂ ਪਤਾ, ਦਕਸ਼ ਦਾ ਨਾਮ ਅਸੀਂ ਇੱਕ ਚਿਹਰਾ ਲੱਭ ਰਹੇ ਸੀਗੇ ਪੁਲਿਸ ਦੇ, ਉਹਦੇ ਵਿੱਚ ਬਹੁਤ ਸਾਰੇ ਨਾਮ ਆਏ ਕਿ ਇੱਕ DSP ਚਾਹੀਦਾ ਤਾਂ ਪੁਲਿਸ ਆਫਿਸਰ ਚਾਹੀਦਾ, ਕਿਹੜੇ ਕਿਹੜੇ ਨਾਮ ਹੋ ਸਕਦੇ ਨੇ। ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਕੈਟ ਆਈ ਸੀ, ਕੈਟ ਦੇਖਣ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਰੋਲ ਦਕਸ਼ ਨੂੰ ਜਾਊਗਾ। ਦਕਸ਼ ਬਹੁਤ ਕਮਾਲ ਦਾ ਐਕਟਰ ਹੈ ਔਰ ਉਹ ਪੁਲਿਸ ਦੀ ਯੂਨੀਫਾਰਮ ਜੱਚ ਬਹੁਤ ਰਹੀ ਹੈ, ਹੱਟਾ ਕੱਟਾ ਉਹ, ਸਾਨੂੰ ਚਾਹੀਦਾ ਸੀਗਾ ਜੇ ਸਾਡੀ ਬਲੈਕਿਆ 2 ਨੂੰ ਸਾਰੀ ਆਡੀਅੰਸ ਪਿਆਰ ਦਿੰਦੀ ਹੈ ਤਾਂ ਬਲੈਕਿਆ 3 ਦੇ ਵਿੱਚ ਉਹਦਾ ਰੋਲ ਹੋਰ ਵੀ ਪਾਵਰਫੁਲ ਹੋ ਕੇ ਆਊਗਾ। ਅਗਰ ਮੈਂ ਬਤਾ ਦੂੰਗੀ ਤਾਂ ਸਭ ਕੁਛ ਹੀ ਰਿਵੀਲ ਹੋ ਜਾਏਗਾ, ਇਫ ਆਈ ਟੈਲ ਯੂ ਐਨੀਥਿੰਗ ਰਾਈਟ ਨਾਓ। ਬਹੁਤ ਬੜਾ ਕੈਰੈਕਟਰ ਨਹੀਂ ਹੈ, ਮਤਲਬ ਆਈ ਡੋਂਟ ਹੈਵ ਅ ਲੋਟ ਆਫ ਸੀਨਸ, ਬਟ ਜਿੰਨਾ ਹੈ ਇਟਸ ਇੰਪੋਰਟੈਂਟ ਆਈ ਫੀਲ ਇਨ ਦ ਫਿਲਮ, ਹੈ ਕਿ ਨਹੀਂ ਹੈ? ਸਪੋਰਟ ਮੀ ਗਾਇਸ, ਇੱਕ ਦੂਸਰੇ ਕਾ ਕਰਤੇ ਰਹੇ ਤੋ ਮੇਰੇ ਬਾਰੇ ਮੈਂ ਸਪੋਰਟ ਨਹੀਂ ਕਰਤੇ ਹੋ। ਜਿਸ ਤਰ੍ਹਾਂ ਦੀ ਹੁਣੇ ਬੈਠੀ ਲੱਗਦੀ ਹੈ ਨਾ ਫਿਲਮ 'ਚ ਕਿਰਦਾਰ, ਇੱਦਾਂ ਦੇ ਆ ਜਿਸ ਤਰ੍ਹਾਂ ਨਵਨੀਤ ਨੇ ਨਾ ਕਰੈਕਟਰ ਚੁਣ ਕੇ ਹੀ, ਮਤਲਬ ਜਿਹੜਾ ਉਸ ਕਰੈਕਟਰ ਦੇ ਵਿੱਚ ਲੱਗੇ, ਇਹ ਹੁਣ ਬੈਠੀ ਹੈ ਜਿਸ ਤਰ੍ਹਾਂ ਦੀ ਲੱਗ ਰਹੀ। ਫਿਲਮ ਦੇ ਵਿੱਚ ਵੀ ਕਿਰਦਾਰ ਉੱਦਾਂ ਦਾ ਹੀ ਹੈਗਾ ਔਰ ਛੋਟਾ ਰੋਲ ਹੈ ਬਟ ਬਹੁਤ ਵਧੀਆ ਰੋਲ ਹੈ। ਮਤਲਬ ਆਈ ਵਿਸ਼ ਕਿ ਮੈਨੂੰ ਕੁਝ ਐਸਾ ਕੈਰੈਕਟਰ ਮਿਲੇ ਕਭੀ ਜੋ ਥੋੜਾ ਚੈਲੰਜਿੰਗ ਹੋ, ਬਟ ਅਭੀ ਤੱਕ ਆਈ ਹੈਵ ਬੀਨ ਡੂਇੰਗ ਕੈਰੈਕਟਰਸ ਜੋ ਮੇਰੇ ਜੈਸੇ ਹੀ ਹੈ। ਅਸਲ 'ਚ ਮੈਂ ਨਾ ਇਹ ਚੀਜ਼ ਨੂੰ ਐਂ ਡਿਫਾਈਨ ਕਰਦਾ ਕਿ ਜਦੋਂ ਤੁਹਾਨੂੰ ਨਾ ਪਾਵਰਫੁਲ ਸਕ੍ਰਿਪਟ ਮਿਲਦੀ ਹੈ ਤਾਂ ਫਿਰ ਰੋਲ ਦੀ ਲੈਂਥ ਮਾਇਨੇ ਨਹੀਂ ਰੱਖਦੀ। ਮੈਂ ਵੀ ਮੌੜ ਫਿਲਮ ਕਰਕੇ ਆਇਆ ਤਾਂ ਮੈਂ ਉਹਦੇ ਵਿੱਚ ਇਹ ਨਹੀਂ ਦੇਖਿਆ ਕਿ ਮੈਂ ਜਿਉਣਾ ਕਰ ਰਿਹਾ ਜਾਂ ਮੈਨੂੰ ਜਿਉਣਾ ਨਹੀਂ ਮਿਲਿਆ, ਮੈਂ ਕਿਸ਼ਨਾ ਮੌੜ ਕਿਉਂ ਕਰਾਂ। ਉਹ ਉਸ ਕਰਕੇ ਕੀਤਾ ਕਿਉਂਕਿ ਉਹਦੀ ਜਦੋਂ ਮੈਂ ਕਹਾਣੀ ਸੁਣੀ ਤਾਂ ਜਦੋਂ ਕਰੈਕਟਰ ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹ ਕਰੈਕਟਰ ਮੈਨੂੰ ਨਹੀਂ ਛੱਡਣਾ ਚਾਹੀਦਾ, ਇਹ ਕਰੈਕਟਰ ਮੈਨੂੰ ਕਰਨਾ ਚਾਹੀਦਾ। ਸੋ ਹਮੇਸ਼ਾ, ਔਰ ਜਦੋਂ ਵੱਡਾ ਸੈਟਅਪ ਹੋਵੇ ਔਰ ਲੱਗੇ ਕਿ ਕੁਛ ਡਿਫਰੈਂਟ ਟਾਈਪ ਦਾ ਸਿਨੇਮਾ ਆ ਰਿਹਾ ਤਾਂ ਫਿਰ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਰੋਲ ਦੀ ਲੈਂਥ ਦੀ ਕੋਈ ਇੰਪੋਰਟੈਂਸ ਰਹਿ ਜਾਂਦੀ ਹੈ। ਨੋ, ਆਈ ਵਾਸ ਅਬਾਊਟ ਟੂ ਸੇ ਕਿ ਇਟਸ ਅ ਬਿਗ ਫਰੈਂਚਾਈਜ਼, ਦ ਫਰਸਟ ਫਿਲਮ ਵਾਸ, ਮਤਲਬ ਵਟ ਐਵਰ ਹੈਪਨਡ ਹੈਪਨਡ, ਬਟ ਇਟ ਵਾਸ ਅ ਬਿਗ ਫਿਲਮ। ਤੋ ਇਸ ਫਿਲਮ ਕਾ ਪਾਰਟ ਹੋਣਾ ਵਾਸ ਅ ਵੈਰੀ ਬਿਗ ਡੀਲ ਫੋਰ ਮੀ, ਕਿ ਜਬ ਮੁਝੇ ਓਰੀਜੀ ਨੇ ਬੋਲਾ ਤੋ ਮੈਨੇ ਉਨਕੋ ਕਹਾ ਕਿ ਉਨ੍ਹੋਂਨੇ ਮੁਝਸੇ ਵੀ ਨੈਗੋਸ਼ੀਏਟ ਕੀਆ, ਤੋ ਮੈਨੇ ਕਹਾ ਹਮਨੇ ਅਭੀ ਤੱਕ ਕਾਮ ਨਹੀਂ ਕੀਆ, ਕਰ ਲੇਤੇ ਹੈਂ, ਜੋ ਵੀ ਆਪ ਕਹੋਗੇ ਉਤਨੇ ਮੈਂ ਕਰ ਲੇਂਗੇ, ਡੋਂਟ ਵਰੀ, ਬਟ ਲੈਟਸ ਸਟਾਰਟ ਸਮਥਿੰਗ। ਸੋ ਆਈ ਹੈਡ ਅ ਗੁੱਡ ਟਾਈਮ। ਬਿਲਕੁਲ ਹੋ ਰਿਹਾ ਜੀ, ਹੁਣ ਸਾਡਾ ਸਿਨੇਮਾ ਦੇਖੋ ਮਸਤਾਨੇ ਨੇ ਕਿੰਨਾ ਸੋਹਣਾ ਬਿਜ਼ਨਸ ਕੀਤਾ ਹੈ, ਔਰ ਜਦੋਂ ਦਾ ਟ੍ਰੇਲਰ ਆਇਆ ਸੀ ਹਰ ਬੰਦੇ ਦੇ ਦਿਲ ਦੀ ਇੱਛਾ ਸੀ ਕਿ ਮਸਤਾਨੇ ਦੇਖਣੀ ਆ। ਕੈਰੀ ਓਨ ਜੱਟਾ 100 ਕਰੋੜ
ਕ੍ਰੋਸ ਕਰ ਗਈ, ਉਹਦੇ ਨੇੜੇ ਚਲੀ ਗਈ। ਸੋ ਸਿਨੇਮਾ ਸਾਡਾ ਡੇ ਬਾਈ ਡੇ ਵੱਡਾ ਹੋ ਰਿਹਾ ਔਰ ਲੋਕਾਂ ਤੱਕ ਇਹ ਗੱਲ ਪਹੁੰਚ ਰਹੀ ਹੈ, ਸਾਊਥ ਤੱਕ ਵੀ ਇਹ ਗੱਲ ਪਹੁੰਚ ਰਹੀ ਹੈ ਕਿ ਹੁਣ ਜਿਹੜਾ ਪੰਜਾਬੀ ਦਾ ਸਿਨੇਮਾ ਉਹ ਵੀ ਗਰੋ ਕਰ ਰਿਹਾ। ਸੋ ਗੌਰਵ ਚੋਪੜਾ ਮੇਰਾ ਫੇਵਰੇਟ ਆਰਟਿਸਟ ਆ, ਮੈਂ ਅਸੀਂ ਫੇਸ ਲੱਭ ਰਹੇ ਸੀ ਤਾਂ ਮੈਨੂੰ ਨਾਮ ਨਹੀਂ ਸੀ ਯਾਦ ਆ ਰਿਹਾ ਕਿ ਯਾਰ ਇੱਕ ਬੰਦਾ ਹੈ, ਸਾਨੂੰ ਚਾਹੀਦਾ ਸੀ ਬੋਂਬੇ ਦਾ, ਅਸੀਂ ਇੱਕ ਡੌਨ ਦਿਖਾਉਣਾ ਸੀ, ਉਹਦਾ ਨਾਮ ਹਲੇ ਨਹੀਂ ਫਿਲਮ ਦੇ ਵਿੱਚ, ਜਦ ਤੁਸੀਂ ਦੇਖੋਗੇ ਤਾਂ ਉੱਥੇ ਰਿਵੀਲ ਹੋਊਗਾ ਨਾਮ। ਤਾਂ ਮੈਂ ਬਾਰ ਬਾਰ ਨਵਨੀਤ ਬਾਈ ਨੂੰ ਕਿਹਾ, ਮੈਂ ਕਿਹਾ ਇੱਕ ਬੰਦਾ ਆ ਯਾਰ ਫਲਾਣੀ ਫਿਲਮ 'ਚ ਆਇਆ, ਫਲਾਣੀ ਫਿਲਮ 'ਚ ਆਇਆ, ਅਤੇ ਫਿਰ ਅਸੀਂ ਲੱਭ ਲਿਆ। ਫਿਰ ਮੈਨੂੰ ਨਵਨੀਤ ਬਾਈ ਨੇ ਕਿਹਾ ਗੌਰਵ ਚੋਪੜਾ, ਮੈਂ ਕਿਹਾ ਯਾਰ ਇਹ ਬੰਦੇ ਨੂੰ ਲਈਏ ਆਪਾਂ, ਵੀ ਬੰਦਾ ਬਹੁਤ ਔਰ ਕਮਾਲ ਦਾ ਐਕਟਰ ਹੈ ਸੀਰੀਅਸਲੀ, ਔਰ ਪੰਜਾਬੀ ਵਧੀਆ ਬੋਲਦਾ, ਦਿੱਲੀ ਤੋਂ ਹੈ, ਇਹ ਨਹੀਂ ਹੈ ਕਿ ਉਹ ਬੰਦਾ ਸਿਰਫ ਹਿੰਦੀ ਬੋਲਦਾ, ਉਹਦੀ ਪੰਜਾਬੀ ਬਹੁਤ ਚੰਗੀ ਹੈ, ਔਰ ਫਿਊਚਰ ਦੇ ਵਿੱਚ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕਿਸੇ ਵੱਡੇ ਕਰੈਕਟਰ ਦੇ ਵਿੱਚ ਆਪਾਂ ਜ਼ਰੂਰ ਲੈ ਕੇ ਆਵਾਂਗੇ। ਡੈਫੀਨੇਟਲੀ ਜਦੋਂ ਬਰਾਬਰ ਅਤੇ ਅੱਛੇ ਐਕਟਰ ਹੁੰਦੇ ਆ, ਜਿਵੇਂ ਸਾਰੇ ਅੱਛੇ ਐਕਟਰ ਆ ਫਿਲਮ ਦੇ ਵਿੱਚ, ਬਹੁਤ ਸਟਰੋਂਗ ਐਕਟਰ ਆ, ਉਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹ ਵੀ ਬਹੁਤ ਸਟਰੋਂਗ ਆ, ਬਾਈ ਅਰਗੇ ਸਾਰੇ ਥੀਏਟਰ ਤੋਂ ਆ, ਤਾਂ ਜਿਹੜਾ ਮੈਂ ਨੌਨ ਥੀਏਟਰ ਤੋਂ ਆ, ਮੈਨੂੰ ਮੇਰੇ ਲਈ ਥੋੜ੍ਹਾ ਚੈਲੇਂਜਿੰਗ ਹੋ ਜਾਂਦਾ ਮੈਚ ਕਰਨਾ। ਪਰ ਸੱਚੀ ਦੇਵ ਬਾਈ ਨਾਲ ਜਦੋਂ ਕੰਮ ਕਰਦੇ ਹਾਂ ਤਾਂ ਬਾਈ ਇੱਕ ਤਾਂ ਬਹੁਤ ਮਤਲਬ ਵੀ ਰਿਲੈਕਸ ਕਰ ਦਿੰਦੇ ਆ ਬੰਦੇ ਨਾਲ ਗੱਲ ਕਰਕੇ, ਜਿਵੇਂ ਬਾਈ ਆਪਾਂ ਬੈਠਦੇ ਵੀ ਸੀ ਸੀਨ 'ਤੇ ਗੱਲ ਵੀ ਕਰਦੇ ਸੀ, ਹੈ ਨਾ, ਤਾਂ ਬਹੁਤ ਈਜ਼ੀ ਹੁੰਦਾ ਬਾਈ ਨਾਲ ਗੱਲ ਕਰਨਾ, ਐਂ ਨਹੀਂ ਹੈਗਾ ਵੀ ਬਾਈ ਇੱਕ ਪਾਸੇ ਬੈਠਾ ਅਤੇ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਜਿਹਦੇ ਨਾਲ ਵੀ ਸੀਨ ਹੁੰਦਾ ਖੁੱਲ੍ਹ ਕੇ ਡਿਸਕਸ ਕਰਦੇ ਆ। ਅਤੇ ਨਵਨੀਤ ਬਾਈ ਵੀ, ਉਹਨਾਂ ਦਾ ਵਿਜ਼ਨ ਬਹੁਤ ਬਰੋਡ ਹੈਗਾ, ਬਹੁਤ ਵੱਡਾ ਵਿਜ਼ਨ ਆ ਉਹਨਾਂ ਦਾ, ਉਹ ਬਹੁਤ ਰਿਲੈਕਸ ਕਰ ਦਿੰਦੇ ਆ। ਤਾਂ ਐਕਟਰ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਉਹ ਸੈੱਟ ਦੇ ਉੱਤੇ ਕਿੰਨਾ ਕੁ ਕੰਫਰਟੇਬਲ ਹੈ, ਅਤੇ ਡਾਕੂਆਂ ਦਾ ਮੁੰਡਾ 2 ਵੀ ਇਹਦੇ 'ਚ ਵੀ ਬਹੁਤ ਕੰਫਰਟੇਬਲ ਸੀ, ਮੈਂ ਬਹੁਤ ਖੁੱਲ੍ਹ ਕੇ ਕੰਮ ਕੀਤਾ। ਅਤੇ ਨਾਲ ਦੇ ਐਕਟਰ ਜਦੋਂ ਅੱਛਾ ਕਰ ਰਹੇ ਹੁੰਦੇ ਤਾਂ ਤੁਹਾਡੀ ਡੈਫੀਨੇਟਲੀ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਕੁੱਲ ਮਿਲਾ ਕੇ ਵਧੀਆ ਰਿਜ਼ਲਟ ਨਿਕਲਦਾ ਹੁੰਦਾ ਹੈ। ਅੱਛਾ, ਇੱਕ ਜਦੋਂ ਸਪੋਰਟਿਵ ਆਰਟਿਸਟ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ, ਤਾਂ ਰਾਜ ਉਹਨਾਂ 'ਚੋਂ ਇੱਕ ਹੈ ਜਿਹੜਾ ਸਪੋਰਟ ਕਰਦਾ ਤੁਹਾਨੂੰ। ਨਹੀਂ, ਮੇਰੇ ਨਾ 2 3 ਬੜੇ ਬੈਡ ਐਕਸਪੀਰੀਅੰਸ ਰਹੇ ਨੇ, ਮੈਂ ਨਾਮ ਤਾਂ ਨਹੀਂ ਲਾਊਂਗਾ ਕਿਸੇ ਦਾ, ਜਿਨ੍ਹਾਂ ਨੇ ਮੈਨੂੰ ਇਹ ਵੀ ਸੋਚਣ 'ਤੇ ਮਜਬੂਰ ਕਰਤਾ ਕਿ ਮੈਂ 2 ਹੀਰੋਆਂ ਵਾਲੀ ਫਿਲਮ ਕਰਾਂ ਕਿ ਨਾ ਕਰਾਂ। ਤਾਂ ਉਹਨਾਂ ਦੇ ਵਿੱਚੋਂ ਇਹ ਸੀਗਾ ਕਿ ਮੇਰੀਆਂ ਲਾਈਨਸ ਲਿਖੀਆਂ ਹੁੰਦੀਆਂ ਸੀ, ਉਹਨਾਂ ਨਾਲ ਛੇੜਛਾੜ ਕਰ ਦੇਣੀ, ਆਪਣੀ ਲਾਈਨ ਉੱਪਰ ਰੱਖਣੀ, ਇਹ 2-3 ਵਾਰ ਮੇਰਾ ਐਕਸਪੀਰੀਅੰਸ ਹੋ ਗਿਆ। ਫਿਰ ਇੱਕ ਬੰਦਾ ਮੇਰੇ ਓਪੋਜ਼ਿਟ ਸੀਗਾ ਇੱਕ ਫਿਲਮ ਦੇ ਵਿੱਚ, ਅਤੇ ਉਹ ਕਹਿੰਦਾ ਮੈਂ ਦੇਵ ਤੋਂ ਕੁੱਟੀ ਨਹੀਂ ਖਾਣੀ, ਮੈਂ ਕਿਉਂ ਖਾਵਾਂ, ਮੈਂ ਇਹ ਕਰਾਂ, ਨੈਗੇਟਿਵ ਸੀਗਾ ਨਾਲੇ ਉਹ। ਤਾਂ ਉਹਨੇ ਉਹ ਸੀਨ ਦਾ ਸਾਰਾ ਸੱਤਿਆਨਾਸ਼ ਕਰਤਾ ਬੰਦੇ ਨੇ, ਅਤੇ ਮੈਂ ਬਹਿਸ ਨਹੀਂ ਕਰਦਾ ਹੁੰਦਾ ਸੈੱਟ 'ਤੇ, ਮੈਂ ਡਾਇਰੈਕਟਰ ਨੂੰ ਪੁੱਛਣਾ ਉਹਨਾਂ ਤੇਰੀ ਕਾਲ ਕੀ ਹੈ, ਤੂੰ ਇਹ ਚਾਹੁੰਦਾ ਕਿ ਨਹੀਂ ਚਾਹੁੰਦਾ। ਉਹ ਡਾਇਰੈਕਟਰ ਵੀ ਨਹੀਂ ਬੋਲਿਆ ਕੁਛ, ਮੈਂ ਕਿਹਾ ਜਿਵੇਂ ਤੂੰ ਕਰਨਾ ਕਰ ਲਾ, ਤੇਰੀ ਫਿਲਮ ਹੈ। ਤਾਂ ਫਿਰ ਮੈਂ ਉਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੈਂਦਾ, ਆਪਾਂ ਬਹਿਸ ਹੀ ਨਹੀਂ ਕਰਦੇ, ਪੈਂਦੇ ਹੀ ਨਹੀਂ, ਮੇਰੇ ਐਕਸਪੀਰੀਅੰਸ ਰਹੇ ਨੇ। ਬਟ ਮੈਂ ਰਾਜ ਬਾਈ ਦੀ ਇਹ ਐਪਰੀਸ਼ੀਏਟ ਕਰਦਾ, ਇੰਨੇ ਸਪੋਰਟਿਵ ਐਕਟਰ ਬਹੁਤ ਘੱਟ ਨੇ ਇੰਡਸਟਰੀ ਦੇ ਵਿੱਚ, ਨਹੀਂ ਤਾਂ ਬਹੁਤ ਸਾਰਿਆਂ ਦਾ ਜੇ 1 ਜਾਂ 2 ਫਿਲਮਾਂ ਚੱਲ ਜਾਣ, ਉਹ ਤੋਂ ਬਾਅਦ ਇੱਕ ਬੰਦੇ ਨੂੰ ਅਸੀਂ ਫਿਲਮ ਲਈ ਰਾਜ ਵਾਲੇ ਲਈ ਪਹਿਲਾਂ ਬੁਲਾਇਆ, ਅਤੇ ਕਹਿੰਦੇ ਸਾਡੇ ਡਾਇਰੈਕਟਰ ਦੀ ਚੋਇਸ ਸੀਗਾ ਬਾਈ ਦੀ, ਮੈਂ ਉਦੋਂ ਵੀ ਰਾਜ ਬਾਈ ਹੈਗਾ ਸੀਗਾ ਵਿੱਚ, ਮੈਂ ਕਿਹਾ ਰਾਜ ਬੈਟਰ ਚੋਇਸ ਹੈ, ਕਹਿੰਦੇ ਨਹੀਂ ਉਹ ਲੈਣਾ। ਉਹਦੇ ਨਾਲ ਗੱਲ ਕੀਤੀ, ਉਹ ਹਾਂ ਕਰ ਗਿਆ, ਹਾਂ ਕਰੂੰਗਾ। ਉਹ ਤੋਂ ਬਾਅਦ ਕਹਿੰਦਾ ਯਾਰ ਉਹਦੀ ਇੱਕੋ ਹੀ ਫਿਲਮ ਆਈ, ਉਹ ਵੀ ਥੱਲੇ ਗਈ, ਅਸੀਂ ਕਿਹਾ ਵੀ ਇੱਕ ਬਹੁਤ ਵੱਡਾ ਕਰੈਕਟਰ, ਔਰ ਜੋ ਤੁਸੀਂ ਰਾਜ ਦਾ ਕਰੈਕਟਰ ਦੇਖੋਗੇ ਤਾਂ ਮਤਲਬ ਬਾ ਕਮਾਲ ਇਹਨੇ ਕੰਮ ਕੀਤਾ, ਔਰ ਮੈਂ ਇਹਨੂੰ ਕਹਿ ਸਕਦਾ ਕਿ ਇਹ ਫਿਲਮ ਦੇ ਵਿੱਚ ਸੈਕਿੰਡ ਲੀਡ ਹੈ ਰਾਜ ਨੂੰ। ਅਤੇ ਉਹ ਬੰਦਾ ਕਹਿੰਦਾ ਯਾਰ ਮਸਾਂ ਮਸਾਂ ਤਾਂ ਉੱਠਿਆ ਯਾਰ, ਹੁਣ ਆਹ ਸਾਈਡ ਵਾਲੇ ਕਰੈਕਟਰ ਕਰਾਂਗੇ। ਹੁਣ ਜਦੋਂ ਮੈਂ ਉਹ ਬੰਦੇ ਨੂੰ ਕੰਮ ਕਰਦਾ ਦੇਖਿਆ ਪਿੱਛੇ ਜੇ, ਔਰ ਤੁਸੀਂ ਦੇਖੋਗੇ ਇੱਕ DVD 'ਚ ਉਹਨੇ ਕੰਮ ਕੀਤਾ, ਔਰ ਐਡੀ ਵੱਡੀ ਫਿਲਮ ਛੱਡ ਕੇ। ਸੋ ਜਦੋਂ ਕਿ ਤੁਹਾਨੂੰ ਜਿੱਥੇ ਵੀ ਚਾਂਸ ਮਿਲਦਾ ਤੁਸੀਂ ਆਓ ਵੜੋ ਚੰਗੀ ਫਿਲਮ ਦੇ ਵਿੱਚ, ਇਹ ਨਾ ਰੱਖੋ ਕਿ ਆਹ ਮੈਨੂੰ ਛੋਟੇ ਛੋਟੇ ਰੋਲ ਕਰਕੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਤੱਕ। ਬਿਨੂ ਬਾਈ ਉਰੀ ਛੋਟੇ ਛੋਟੇ ਰੋਲ ਕਰਕੇ ਅੱਜ ਲੀਡ ਕਰ ਰਹੇ ਨੇ। ਸੋ ਸਿਨੇਮਾ ਉਹ ਹੈ, ਜਗਜੀਤ ਸੰਧੂ ਅੱਜ ਓਏ ਭੋਲੇ ਜੇ ਵਿੱਚ ਆ ਰਿਹਾ, ਹੈ ਨਾ, ਉਹ ਵੀ ਸਾਈਡ ਕਰੈਕਟਰ ਕਰਕੇ ਅੱਜ। ਸੋ ਕਦੇ ਵੀ ਕੋਈ ਕਿਰਦਾਰ ਛੋਟਾ ਵੱਡਾ ਨਹੀਂ ਹੁੰਦਾ, ਸਾਈਡ 'ਤੇ ਵੱਡਾ ਨਹੀਂ ਹੁੰਦਾ। ਮੈਂ ਵੀ ਕਰਦਾ ਜੇ ਮੈਨੂੰ ਚੰਗਾ ਲੱਗੇ, ਕਿਰਦਾਰ ਚੰਗਾ ਲੱਗਣਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ। ਨਹੀਂ ਸਾਡੀ ਦੇਖੋ ਜਿਹੜਾ
ਇੱਕ ਕੰਟੈਂਟ ਅਸੀਂ ਵਨ ਲਾਈਨ ਜਿਹੜੀ ਬਣਾ ਲਈ ਉਹ ਛੇੜਛਾੜ ਨਹੀਂ ਹੁੰਦੀ, ਡਾਇਲੋਗ ਵੀ ਲਿਖੇ ਜਾਂਦੇ ਨੇ ਬੈਟਰਮੈਂਟ ਲਈ, ਔਰ ਨਾ ਅਸੀਂ ਕਹਾਣੀ ਛੇੜਦੇ ਹਾਂ ਨਾ ਚੀਜ਼ਾਂ ਛੇੜਦੇ ਹਾਂ। ਜਿਹੜੀ ਇੱਕ ਵਾਰ ਸਾਰਿਆਂ ਨੇ ਹੁਣ ਸਾਲ ਦੀ ਮਿਹਨਤ ਹੈ ਬਹਿ ਗਏ, ਸਾਰਿਆਂ ਦੀ ਤਸੱਲੀ ਹੋ ਗਈ, ਮੇਰੀ ਵੀ ਹੋ ਗਈ, ਡਾਇਰੈਕਟਰ ਦੀ ਵੀ ਹੋ ਗਈ, ਵੀ ਯਾਰ ਆਹ ਬਹੁਤ ਘੈਂਟ ਆ, ਠੀਕ ਹੈ। ਉਹਨੂੰ ਜੇ ਕੋਈ ਆ ਕੇ ਸੈੱਟ 'ਤੇ ਬੰਦਾ ਚੇਂਜ ਕਰੇ ਕਹਾਣੀ ਨੂੰ, ਤਾਂ ਉਹ ਫਿਰ ਅਸੀਂ ਹੋਣ ਨਹੀਂ ਦਿੰਦੇ। ਔਰ ਸਾਡਾ ਹਾਂ ਡਾਇਲੋਗ ਜ਼ਰੂਰ ਇਨਹੈਂਸ ਕਰੀਦਾ, ਵੀ ਹੋਰ ਚੰਗੀ ਲਾਈਨ ਆ ਸਕਦੀ ਹੈ, ਹੋਰ ਵਧੀਆ ਚੀਜ਼ ਆ ਸਕਦੀ ਹੈ, ਪਰਫੋਰਮੈਂਸ 'ਤੇ ਕੰਮ ਕਰੀਦਾ। ਸੋ ਉਹ ਕੰਮ ਨਹੀਂ ਹੈਗਾ ਕਿ ਸੈੱਟ 'ਤੇ ਜਾਈਏ, ਕਿਉਂਕਿ ਜਦੋਂ ਤੁਸੀਂ ਸੈੱਟ 'ਤੇ ਜਾ ਕੇ ਲਿਖਣਾ ਸ਼ੁਰੂ ਕਰਦੇ ਹੋ ਨਾ, ਕਈ ਬੰਦੇ ਸੋਚਦੇ ਨੇ ਕਿ ਹਾਂਜੀ ਅਸੀਂ ਸੈੱਟ 'ਤੇ ਹੀ ਲਿਖ ਲੈਂਦੇ ਹਾਂ, ਸੈੱਟ 'ਤੇ ਤੁਹਾਡੇ ਕੋਲ ਮੌਕਾ ਹੀ ਨਹੀਂ ਹੁੰਦਾ ਇਨਹੈਂਸ ਕਰਨ ਦਾ। ਜੋ ਦਿਮਾਗ 'ਚ ਆਇਆ ਤੁਸੀਂ ਲਿਖਤਾ, ਛਾਪਤਾ, ਕੈਮਰਾ ਲੱਗਿਆ ਹੁੰਦਾ, ਪ੍ਰੋਡਿਊਸਰ ਦਾ ਪੈਸਾ ਜਾ ਰਿਹਾ ਹੁੰਦਾ, ਇੱਕ ਇੱਕ ਮਿੰਟ ਕੀਮਤੀ ਹੁੰਦਾ, ਫਿਰ ਤੁਸੀਂ ਉਹੀ ਲਿਖਦੇ ਹੋ, ਉਹੀ ਛਾਪਦੇ ਹੋ ਕੈਮਰੇ 'ਚ ਜਿਹੜਾ ਉਸ ਟਾਈਮ ਦਿਮਾਗ 'ਚ ਆ ਗਿਆ। ਜਦੋਂ ਤੁਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਹੁੰਦੇ ਹੋ ਫਿਲਮ 'ਤੇ, ਫਿਰ ਚੀਜ਼ਾਂ ਨੂੰ ਤੁਸੀਂ ਇਨਹੈਂਸ ਕਰ ਸਕਦੇ ਹੋ ਕਿ ਹਾਂ ਯਾਰ ਇਹ ਹੋ ਸਕਦਾ, ਨਹੀਂ ਫਿਰ ਤੁਹਾਡੇ ਕੋਲ ਹੋਰ ਵਧੀਆ ਚੀਜ਼ਾਂ ਤਾਂ ਪਹਿਲਾਂ ਪਈਆਂ ਹੀ ਹੁੰਦੀਆਂ ਨੇ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਰ ਸਵਾਲ ਕਿਸੇ ਤੋਂ ਪੁੱਛਣਾ ਤਾਂ ਪੁੱਛ ਲਓ ਜੀ, ਪੁੱਛ ਸਕਦੇ ਹੋ।